एआरपीए 1550 एएम ते तुहाडा स्वागत है। मैं तुहाडा मेजबान हरजीत सिंगल। 12:31 हो गए ते 31 मार्च है वरा 2021 दा बुधवार है। 18 चेतर नानक सिंह संबत 553 निघा हार्दिक स्वागत है। अज दी लोक सभा दे विच अहम घटनावां गल्लां बातां गीत संगीत ते सुरग दे मसले ते गलबात होएगी। खबर पहले घंटे च एक अद्धी सुनाउणा ते फिर अज कहानी राम स्वरूप अणखी जी दी लंबी कहानी है। मैनूं लगदा है 10 मिंट ते शुरू करांगे अज आपां 1:10 कहानी तुहाडे सन्मुख होएगी। पंजाब दे पिंडां दी कहानी तुहानूं लगूगी अपनी हर इक दी कहानी है। 1-844-247-1550 दर्दमयी जिहड़ी जिहड़ियां कुछ दुख दीआं कहानियां उहनां नूं तैयार करन दे लई समां लगदा है ते दुख भी है पर उहदे विच्चों कुछ सुनेहा भी है। तो इस दे लई अज दी कहानी तुहाडे लई राम स्वरूप अणखी उहनां दी कई दिन हो गए। अगले हफ्ते फिर हुण 22 दी वारी आउणी है जग्गी कुस्से दी ते फिर बूटा सिंह शाद होरां दी। अगले 2 हफ्ते ਆਪਾਂ ਸੈੱਟ ਕਰ ਦਿੱਤੇ 1-844-247-1550 1-844-247-1550 arpa.radio.com ਤੇ ਸਿੱਧਾ ਪ੍ਰਸਾਰਣ ਚੱਲਦਾ ਪ੍ਰੋਗਰਾਮ। ਰਹਿ ਜੇ ਤਾਂ ਯੂਟਿਊਬ ਤੇ ਲੋਕ ਸੱਥ ਦੇ ਥੱਲੇ ਪਾਇਆ ਹੁੰਦਾ LOKSAWTH ਲੋਕ ਸੱਥ। ਲੋਕ ਸੱਥ ਤੇ ਤੁਸੀਂ ਪ੍ਰੋਗਰਾਮ ਬਾਅਦ ਚ ਵੀ ਸੁਣ ਸਕਦੇ। 604-729-1224 ਤੁਹਾਡੇ ਲਈ ਨੰਬਰ ਹੈ ਦਿੱਤਾ ਹੈ। ਮੇਰਾ ਸੈੱਲ ਫੋਨ ਹੈ ਪਰ ਵਟਸਐਪ ਤੇ ਟੈਕਸਟ ਜੇ ਕਰਦੇ ਹੋ ਤਾਂ ਸੌਖ ਹੈ। ਤੁਹਾਡਾ ਸੁਨੇਹਾ ਮੈਂ ਬਹੁਤ ਜਲਦੀ ਦੇਣਾ। ਫੋਨ ਕਈ ਵਾਰ ਚੱਕ ਨਹੀਂ ਹੁੰਦੇ, ਫੋਨ ਆਉਂਦੇ ਬਹੁਤ ਹੈ ਪਰ ਤੁਹਾਨੂੰ ਤੇ ਮੈਨੂੰ ਮਾਣ ਹੈ ਕਿ ਮੈਂ ਆਪਣਾ ਨੰਬਰ ਤੁਹਾਡੇ ਨਾਲ ਸਦਾ ਸਾਂਝਾ ਕਰਦਾ ਤੇ ਤੁਸੀਂ ਦੁੱਖ ਸੁੱਖ ਵੀ ਕਰਦੇ। ਧੰਨਵਾਦ। ਤੇਰੇ ਵਾਂਗ ਹਵਾ ਵਿੱਚ ਵਲ ਪੈਂਦੇ ਅਸੀਂ ਰੂਹੀਆਂ ਦੇ ਵੱਲ ਚੱਲ ਪੈਂਦੇ। ਤੇਰੇ ਵਾਂਗ ਹਵਾ ਵਿੱਚ ਵਲ ਪੈਂਦੇ ਅਸੀਂ ਰੂਹੀਆਂ ਦੇ ਵੱਲ ਚੱਲ ਪੈਂਦੇ। ਜਦ ਤੇਰਾ ਹਵਾ ਨੂੰ ਨਾ ਦੱਸੀਏ ਉਹਦੀ ਗੋਦੀ ਤਰੇਲ ਦੇ ਫਲ ਪੈਂਦੇ। ਤੈਨੂੰ ਢੱਕੀ ਦੇ ਵਿੱਚ ਭਾਲਣ ਲਈ ਅਸੀਂ ਨਾਲ ਛਦਾਈਆਂ ਰਲ ਪੈਂਦੇ। ਤੇਰੀ ਸੂਟ ਸਾਡੇ ਨੈਣੀ ਤੱਕ ਲੁੱਕ ਫੁੱਲਾਂ ਥੱਲੇ ਥੱਲ ਪੈਂਦੇ। ਸਾਡੇ ਸਬਰ ਹੁਸਨ ਦੀ ਕਾਂਗ ਚੜ੍ਹੀ ਲੱਖਾਂ ਢਾਬਾਂ ਦੇ ਕੰਬ ਜਲ ਪੈਂਦੇ। ਅਸੀਂ ਹਨੇਰਾਂ ਨੂੰ ਮਚਕੋੜਦੇ ਹਾਂ ਜਾਂ ਰੂਪ ਤੇਰੇ ਦੇ ਛਲ ਪੈਂਦੇ। ਜਦ ਰਾਹ ਨਾ ਸਾਨੂੰ ਲੱਭਦਾ ਕੋਈ ਤਾਂ ਸੀਨੇ ਸਾਡੇ ਸੱਲ ਪੈਂਦੇ। ਸਾਡੀ ਖੇਡ ਨੂੰ ਚਾਲੂ ਰੱਖਣ ਲਈ ਅਸੀਂ ਦੀਵੇ ਅੰਬਰੀ ਤੇਰੇ ਦੀਵੇ ਅੰਬਰੀ ਵਲ ਪੈਂਦੇ। ਤੇਰੇ ਵਾਂਗ ਹਵਾ ਵਿੱਚ ਵਲ ਪੈਂਦੇ ਅਸੀਂ ਰੋਈਆਂ ਵੱਲ ਨੂੰ ਹੀ ਢੱਕੀਆਂ ਵੱਲ ਨੂੰ ਚੱਲ ਪੈਂਦੇ। ਸਰਦਾਰ ਹਰਿੰਦਰ ਸਿੰਘ ਮਹਿਬੂਬ ਲਿਖਦੇ ਨੇ ਕਿਸੇ ਜਾਂਗਲੀ ਨਾਰ ਨੂੰ। RCMP ਦੇ ਵਿੱਚ ਪਤਾ ਨੀ ਕੀ ਜ਼ਿਆਦਾ ਦੁਨੀਆਂ ਦੇ ਵਿੱਚ ਵੀ ਹੈ ਤੇ ਪਰ ਦੱਬੀਆਂ ਰਹਿ ਜਾਂਦੀਆਂ ਨੇ ਗੱਲਾਂ। ਜ਼ਿਆਦਾ ਕੈਨੇਡੀਅਨ ਆਰਮਡ ਫੋਰਸਿਸ ਦੇ ਟੌਪ ਜਨਰਲ ਵੈਂਸ ਤੇ ਉਸ ਤੋਂ ਬਾਅਦ ਵੈਨਸ ਜਾਂ ਕਹਿ ਲਓ ਜਾਂ ਵੈਂਸ ਕਹਿ ਲਓ ਤੇ ਉਸ ਤੋਂ ਬਾਅਦ ਆਰਟ ਮੈਕਡੋਨ ਤੇ ਜਿਹੜੇ ਚਾਰਜਸ ਲੱਗੇ ਨੇ ਇਸ ਤੋਂ ਬੜਾ ਦਾਗ ਬਦਨੁਮਾ ਕੀ ਹੋ ਜਾਏਗਾ ਜਿਹੜਾ ਪਤਾ ਹੋਵੇ ਤੇ ਗੱਲ ਲਕੋਈ ਹੋਵੇ। RCMP ਦੇ ਵਿੱਚ ਜਿਹੜੇ ਡਾਕਟਰ ਨੇ RCMP ਦੇ ਡਾਕਟਰ ਜਿਹੜੇ ਡਾਕਟਰੀ ਕਰਦੇ ਆ ਜਿਹੜੇ RCMP ਦੇ ਵਿੱਚ ਰਿਕਰੂਟ ਜਾਂਦੇ ਆ ਉਹਨਾਂ ਨੂੰ ਸੈਕਸ਼ੂਅਲੀ ਅਬਿਊਜ਼ ਕਰਦੇ ਰਹੇ ਨੇ। ਫੈਡਰਲ ਕੋਰਟ ਦੇ ਜੱਜ ਨੇ ਲਾਸਟ ਵੀਕ ਕਲਾਸ ਐਕਸ਼ਨ ਲਾ ਸੂਟ ਜਿਹੜਾ ਅਪਰੂਵ ਕਰ ਦਿੱਤਾ। ਹੁਣ ਦੇਖਿਓ ਲੈਣ ਫੇਰ ਲੱਗਣੀ ਇਹਨਾਂ ਦੀ ਕਿਉਂਕਿ ਇੱਕ ਸਿਸਟਮ ਹੈ। ਤੁਸੀਂ ਅਪਲਾਈ ਕਰਦੇ ਹੋ, ਅਪਲਾਈ ਕੋਈ ਵੀ ਚਾਹੇ ਪੁਲਿਸ ਤੁਹਾਡੇ ਲਈ ਕਰਦੀ ਹੈ ਕੋਈ ਵਿਕਟਿਮ ਦੇ ਤੌਰ ਤੇ, ਪਰ ਸਰਕਾਰੀ ਵਕੀਲ ਉਹ ਅਪਰੂਵ ਕਰਦੇ ਆ ਕੇਸ ਤਾਂ ਉਹ ਅੱਗੇ ਜਾਂਦਾ ਕਿਉਂਕਿ ਉਹਨਾਂ ਨੇ ਕੇਸ ਜਿੱਤਣਾ। ਹੁਣ ਇਹ ਜਿਹੜਾ ਅਸਲ ਇਸ ਦਾ ਰੌਲਾ ਜਿਹੜਾ ਪਾਇਆ ਇੱਕ ਸਿਵਲੀਅਨ ਪੁਲਿਸ ਦੇ ਵਿੱਚ ਜਿਹੜੀ RCMP ਦੇ ਜਿਹੜੇ ਅਫੀਸਰ ਤੋਂ ਬਿਨਾਂ ਜਿਹੜੇ ਆਮ ਦਫ਼ਤਰੀ ਅਮਲਾ ਫੈਲਾ ਉਹਦੇ ਵਿੱਚ ਸਿਲਵੀ ਕੁਰਬੀਊ ਨਾਂ ਦੀ ਇੱਕ ਇਸਤਰੀ ਨੇ ਜਿਹੜੀ 1999 ਚ ਫੋਰਸ ਦੀ ਮੈਂਬਰ ਬਣੀ ਸਿਵਲੀਅਨ, ਉਹਦੇ ਨਾਲ ਡਾਕਟਰ ਨੇ ਸੈਕਸ਼ੂਅਲੀ ਜਿਹੜੀ ਉਹਨੂੰ ਅਬਿਊਜ਼ ਕੀਤਾ ਤੇ ਉਹ ਬਹੁਤ ਚਿਰਾਂ ਦੀ ਆਵਾਜ਼ ਜਿਹੜੀ ਉਹ
ਆਉਂਦੀ ਰਹੀ 11 ਸਾਲ ਨੌਕਰੀ ਕਰਕੇ ਉਹ ਉਸਨੇ ਨੌਕਰੀ ਛੱਡਤੀ ਹੁਣ ਤੇ ਜਾਂ ਉਸਨੇ ਆਪਣਾ ਤਜਰਬਾ RCMP ਦੇ ਮੈਂਬਰ ਇੰਪਲਾਈ ਅਸਿਸਟੈਂਸ ਪ੍ਰੋਗਰਾਮ ਦੇ ਵਿੱਚ ਕੀਤਾ ਕਿਸੇ ਨੇ ਗਿਣਿਆ ਹੀ ਨਹੀਂ ਕੋਈ ਕਹਾਣੀ ਤੇ 30 ਦੇ ਕਰੀਬ ਇਸਤਰੀਆਂ ਜਿਹੜੀਆਂ ਆਈਆਂ ਜਿਨ੍ਹਾਂ ਦਾ ਫਿਜ਼ੀਕਲ ਐਗਜ਼ਾਮ ਦੇ ਵੇਲੇ ਡਾਕਟਰਾਂ ਨੇ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਛੂਹਿਆ। ਅੱਛਾ, ਟੋਰਾਂਟੋ ਪੁਲਿਸ ਨੇ ਕਹਿ ਦਿੱਤਾ, ਕਹਿੰਦਾ ਗਰਾਊਂਡ ਏ ਕੋਈ ਨੀ, ਇਹਨਾਂ ਨੂੰ ਅਸੀਂ ਚਾਰਜ ਨੀ ਕਰ ਸਕਦੇ ਡਾਕਟਰਾਂ ਨੂੰ, ਕਿਉਂਕਿ ਹੈ ਨੀ। ਗੱਲ ਉੱਥੇ ਚੱਲਣੀ ਆ ਕਿ ਸਬੂਤ ਕੀ ਨੇ, ਕੋਈ DNA ਹੋਵੇ, ਕੋਈ ਕਿਸ ਤਰ੍ਹਾਂ ਦੀ ਕੋਈ ਗੱਲਬਾਤ ਹੋਵੇ, ਫਿਰ ਤਾਂ ਹੋ ਜਾਂਦਾ। ਹੁਣ ਰੇਪ ਦੇ, ਸੈਕਸ਼ੁਅਲੀ ਅਬਿਊਜ਼ ਦੇ ਜੇ ਕੋਈ ਉਹਦਾ ਐਵੀਡੈਂਸ ਹੈ ਨੀ ਇਹਨੂੰ ਕਰਨਾ, ਤੇ ਮੁੜ ਕੇ ਜਿਹੜੀ ਖੋ ਖਿੰਜ ਵਕੀਲ ਕਰਦੇ ਆ ਕੋਰਟ ਦੇ ਵਿੱਚ ਇਸਤਰੀ ਦੀ, ਉਹ ਬਹੁਤ ਜ਼ਿਆਦਾ ਔਖੀ ਹੈ। ਉਹਦੇ ਜਵਾਬ ਦੇਣੇ ਬਹੁਤ ਔਖੇ ਨੇ, ਕਿਵੇਂ ਟੱਚ ਕੀਤਾ, ਕੀ ਕੀਤਾ, ਕੀ ਕੀਤਾ। ਸੋ ਉਹਦੇ ਕਰਕੇ ਪੁਲਿਸ, ਟੋਰਾਂਟੋ ਪੁਲਿਸ ਨੇ ਉਹ ਕਹਿੰਦੇ ਡਾਕਟਰ ਨੂੰ ਅਸੀਂ ਚਾਰਜ ਨੀ ਕਰ ਸਕਦੇ। ਹੁਣ ਇਹ ਕਲਾਸ ਐਕਸ਼ਨ ਜਿਹੜਾ ਲਾਸੂਟ ਜਿਹੜਾ ਅਖੀਰ ਜੱਜ ਨੇ ਅਪਰੂਵ ਕਰ ਦਿੱਤਾ, ਹੁਣ ਦੇਖਿਓ ਹੁਣ ਕੀ ਅੱਗੇ ਇਹਦੀ ਲਾਈਨ ਆਉ। ਬਦਮਾਸ਼ੀਆਂ ਇਹ ਕਰਨ, ਚਾਹੇ ਉੱਪਰ ਮਿਲਟਰੀ ਵਾਲੇ ਨੇ, ਚਾਹੇ RCMP ਚ ਨੇ, ਚਾਹੇ ਹੋਰ ਕਿਸੇ ਪੁਲਿਸ ਦੇ ਵਿੱਚ ਨੇ, ਤੇ ਇਹਨਾਂ ਦੀਆਂ ਬਦਮਾਸ਼ੀਆਂ ਦਾ ਕੈਨੇਡੀਅਨ ਲੋਕ ਜਿਹੜੇ ਨੇ ਉਹ ਆਪਣੀਆਂ ਜੇਬਾਂ ਚੋਂ ਪੈਸੇ ਦੇਣ। ਮਤਲਬ ਐਡੀ ਕਹਾਣੀ ਚੱਲੀ ਹੋਈ ਹੈ। ਲੋਕ ਆਰਮਡ ਫੋਰਸਿਸ ਦੇ ਵਿੱਚ, ਗਾਂ ਪੁਲਿਸ ਦੇ ਵਿੱਚ ਇਸਤਰੀਆਂ ਖਾਸ ਤੌਰ ਤੇ ਜਾਣੋ ਹਟ ਜਾਣਗੀਆਂ ਜਿਸ ਤਰ੍ਹਾਂ ਇਹ ਕੰਮ ਚੱਲ ਰਿਹਾ। ਜਸਟਿਨ ਐਨ ਮੈਰੀ ਮੈਕਡੋਨਲ ਨੇ ਡਿਸੀਜ਼ਨ ਦੇ ਦਿੱਤਾ ਲਾਸਟ ਵੀਕ ਕੇ ਕਲਾਸ ਐਕਸ਼ਨ ਲਾ ਸੂਟ ਹੈ ਜਿਹੜਾ ਉਹ ਸਰਟੀਫਾਈਡ ਕਰ ਦਿੱਤਾ, ਸਰਟੀਫਾਈ। ਤੇ ਮਤਲਬ 1999 ਦੇ ਵਿੱਚ ਹੋਇਆ, 2000 ਚ ਇਸਨੇ ਸਿਲਵੀ ਨੇ ਨੌਕਰੀ ਛੱਡੀ, 21 ਸਾਲ ਲੱਗ ਗਏ। ਕਿੰਨਾ ਇਹ ਦਰਦ ਦੇ ਰਾਹੀਂ ਲੰਘਣਾ ਪੈਂਦਾ, ਤੇ ਕੋਈ ਇਹਦੇ ਤੇ ਜਾਂ ਸਰਕਾਰ ਲਾ ਲਓ ਜਾਂ ਮਤਲਬ ਸੋਲਿਡ ਕੋਈ ਅਜਿਹਾ ਪ੍ਰੈਸੀਡੈਂਟ ਨਹੀਂ ਬਾਹਰ ਸੈੱਟ ਹੋ ਰਿਹਾ ਜਿਹਦੇ ਕਰਕੇ ਚੀਜ਼ ਹਟ ਜਾਵੇ ਬਿਮਾਰੀ। ਹੁਣ ਜਿਹੜੇ ਸਾਡੀਆਂ ਫੋਰਸਿਸ ਦੇ ਬਾਹਰ ਡਿਪਿਊਟ ਕੀਤੇ ਹੋਏ ਨੇ, ਕਿਤੇ ਪੀਸ ਕੀਪਿੰਗ ਆ, ਕੋਈ ISIS ਦੇ ਅਗੇਂਸਟ ਆ, ਕੋਈ ਨੇਵੀ ਵਾਲੇ ਸ਼ਿਪਾਂ ਨਾਲ ਠਿੱਲੇ ਹੋਏ ਨੇ, ਉੱਥੇ ਕੀ ਹੁੰਦਾ ਉਹਨਾਂ ਨਾਲ, ਇਸਤਰੀਆਂ ਦੇ ਨਾਲ? ਅੱਧੀਆਂ ਤਾਂ ਰਿਪੋਰਟ ਨਹੀਂ ਕਰਦੀਆਂ ਕਿਉਂਕਿ ਬਹੁਤ ਔਖਾ ਰਿਪੋਰਟ ਕਰਨਾ। ਗਾਂ ਦੀ ਜ਼ਿੰਦਗੀ, ਉਸ ਚਿਹਰਾ ਲੈ ਕੇ ਲੋਕਾਂ ਚ ਵਿਚਰਨਾ ਸਮਾਜ ਦੇ ਵਿੱਚ ਬੜਾ ਔਖਾ। ਜਦ ਪਰ ਇੱਕ ਵਾਰ ਗੱਲ ਤੁਰ ਪੈਂਦੀ ਹੈ ਫਿਰ ਉਹ ਤੁਰ ਪੈਂਦੀ ਹੈ। ਆ ਪਿੱਛੇ ਹਾਰਵੀ ਵਾਲੇ ਕੇਸ ਤੋਂ ਬਾਅਦ ਦੇਖ ਲਓ, ਲਾਈਨਾਂ ਦੀਆਂ ਲਾਈਨਾਂ ਲੱਗ ਗਈਆਂ। ਮਤਲਬ ਸਮਝ ਨਹੀਂ ਆਉਂਦੀ ਇਹ ਮਾਨਸਿਕਤਾ ਬਿਮਾਰ ਲੋਕ ਜਿਹੜੇ ਨੇ, ਇਹ ਇਸ ਤਰ੍ਹਾਂ ਆਪਣੀ ਅਥਾਰਟੀ ਹੁੰਦੀ ਹੈ, ਅਥਾਰਟੀ ਦੀ ਹੋਈ, ਰੁਤਬੇ ਦੀ ਹੋਈ ਦੁਰਵਰਤੋਂ ਹੁੰਦੀ ਹੈ, ਹੋਰ ਕੁਝ ਨਹੀਂ ਹੁੰਦਾ। ਰੁਤਬੇ ਦੀ ਦੁਰਵਰਤੋਂ ਕਰਕੇ ਅਜਿਹਾ ਕੁਛ ਹੁੰਦਾ। ਬਾਕੀ ਦੂਸਰੀ ਗੱਲ, 2030 ਦੇ ਵਿੱਚ ਸਰਦ ਰੁੱਤ ਦੀਆਂ ਓਲੰਪਿਕਸ ਦੀ ਗੱਲ ਚੱਲ ਰਹੀ ਹੈ ਵੈਨਕੂਵਰ ਚ। ਜੌਨ ਫਰਲੰਗ ਨੇ ਫਰਵਰੀ ਚ ਵੀ ਕਿਹਾ ਸੀ, ਉਹ ਕਹਿੰਦਾ ਅਸੀਂ 18 ਮਹੀਨੇ ਹੋ ਗਏ ਸਾਨੂੰ ਲੱਗੇ ਹੋਏ ਨੇ, ਫਾਰਮੇਸੀ ਕੀ ਉਹ ਹੈ ਤੇ ਦੁਬਾਰਾ ਫੇਰ ਬਣ ਸਕਦਾ ਓਲੰਪਿਕ ਆਰਗੇਨਾਈਜ਼ਿੰਗ ਕਮੇਟੀ ਦਾ। ਉਹ 18 ਮਹੀਨੇ ਹੋ ਗਏ, ਉਹ ਕਹਿੰਦੇ ਅਸੀਂ ਸੀਰੀਅਸਲੀ ਕੰਮ ਕਰ ਰਹੇ ਹਾਂ 2030 ਦੀਆਂ ਵਿੰਟਰ ਓਲੰਪਿਕਸ ਲੈਣ ਲਈ। 22 ਦੀਆਂ ਬੀਜਿੰਗ ਚ ਹੋਣੀਆਂ ਅਗਲੇ ਮਹੀਨੇ, ਅਗਲੇ ਸਾਲ ਸੋਰੀ, 26 ਵਾਲੀਆਂ ਇਟਲੀ ਚ ਹੋਣੀਆਂ, ਮਿਲਾਨ ਦੇ ਵਿੱਚ ਤੇ ਕੋਰਟੀਨਾ ਦੇ ਵਿੱਚ। 30 ਵਾਲੀਆਂ ਲਈ ਤਿਆਰੀ ਜਿਹੜੀ ਫਰਲੋਂਗ ਕਰ ਰਿਹਾ, ਕਰ ਕਿੱਥੋਂ ਰਹੇ ਨੇ ਗੇਮ? ਇਹਦੇ ਵਿੱਚ ਪਤਾ ਕੀ ਹੋਈ ਆ ਵੀ ਪੈਂਡੈਮਿਕ ਕਰਕੇ ਦੇਸ਼ਾਂ ਦੀ ਆਰਥਿਕਤਾ ਡਾਮਾਡੋਲ ਹੈ। ਸਾਡੇ ਕੋਲ ਸਾਰੇ ਕੋਲ ਬਣਿਆ ਹੋਇਆ ਨਹੀਂ, ਸਾਡੇ ਕੋਲ ਸਾਰਾ ਕੋਈ ਨਹੀਂ ਬਣਿਆ ਹੋਇਆ। ਪਹਿਲੀ ਤਾਂ ਗੱਲ, 15 ਸਾਲ ਦਾ ਜਿਹੜਾ ਬੰਦਿਸ਼ਾਂ ਲੱਗੀਆਂ ਹੋਈਆਂ ਸੀ ਵੀ 2010 ਤੋਂ ਹਰ ਓਲੰਪਿਕਸ ਤੋਂ 15 ਸਾਲ ਦੇ ਵਿੱਚ ਉਹਦੇ ਖਰਚੇ, ਉਹਦੀਆਂ ਕਮੀਆਂ, ਪੇਸ਼ੀਆਂ ਜਨਤਕ ਨਹੀਂ ਹੁੰਦੀਆਂ। ਪਹਿਲਾਂ ਤਾਂ 2025 ਦੇ ਵਿੱਚ 2010 ਵਾਲਿਆਂ ਦਾ ਲੇਖਾ ਜੋਖਾ ਹੋਣਾ, ਪਾ ਕੇ ਲਾਲ ਸਵੈਟਰ, ਲਾਲ ਮਫਲਰ ਗਲਾਂ ਦੇ ਵਿੱਚ। ਬੜਾ ਕੰਮ ਚੱਲਿਆ ਜਦ ਵਿੰਟਰ ਓਲੰਪਿਕ, ਜਿਹਨਾਂ ਦਾ ਜਿਹਦਾ
ਜਿਹਦਾ ਜਗਾੜ ਸੀ ਕਿਸੇ ਦਾ, ਕਿਸੇ ਦਾ ਪ੍ਰੀਮੀਅਮ ਆਫਿਸ ਤੱਕ, ਕਿਸੇ ਦਾ ਉੱਪਰ ਤੱਕ, ਕਿਸੇ ਦਾ ਸਿਟੀ ਤੱਕ, ਲਾਲ ਮਫਲਰ ਜਿਹੜੇ ਨੇ ਉਹਨਾਂ ਨੇ ਦੁਨੀਆਂ ਅੰਨੀ ਕਰਤੀ। ਵੀਆਈਪੀ ਕਲਚਰ, ਤੂੰ ਅੰਦਰ ਆ ਜਾ, ਤੂੰ ਬਾਹਰ ਖੜ ਜਾ, ਇੱਥੇ ਅੰਦਰ ਆ ਜਾਓ, ਤੁਸੀਂ ਬਾਹਰ ਖੜ ਜਾਓ, ਬੜਾ ਕੁਛ ਚੱਲਦਾ। ਫਿਰ ਸਾਡੇ ਜਿੱਥੇ ਸਾਨੂੰ ਦਿਖਾਉਣ ਦਾ ਮੌਕਾ ਮਿਲ ਜਾਵੇ, ਉੱਥੇ ਤਾਂ ਫਿਰ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਵੀ ਅਸੀਂ ਖਾਸ ਆ। 2010 ਦੇ ਵਿੱਚ ਦਾ ਉਹਦਾ ਲੇਖਾ ਜੋਖਾ 15 ਸਾਲਾਂ ਨੂੰ 2025 ਚ ਜਨਤਕ ਹੋਣਾ। ਸਭ ਤੋਂ ਵੱਡਾ ਖਰਚਾ ਜਿਹੜਾ ਆਉਣਾ ਹੈ 2025 ਚ ਜਿਹੜਾ ਨਿਕਲ ਕੇ ਆਉਣਾ, ਉਹ ਸਿਕਿਉਰਿਟੀ ਦਾ। ਇਨਫਰਾਸਟਰਕਚਰ ਤਾਂ ਬਣ ਗਏ, ਜੇ ਇਨਫਰਾਸਟਰਕਚਰ ਦੇ ਸਕਦੇ ਹੋ, ਜੇ ਸੀ ਟੂ ਸਕਾਈ ਹਾਈਵੇ ਬਣ ਗਈ, ਆਹ ਬਣ ਗਈ, ਗੱਲ ਇਹ ਹੈ ਸਿਕਿਉਰਿਟੀ ਤੇ। ਬਿਲੀਅਨ ਡਾਲਰ ਦੇ ਕਰੀਬ ਖਰਚਾ ਹੋਇਆ ਸਿਕਿਉਰਿਟੀ ਤੇ, ਗੱਲ ਬਾਹਰ ਨਿਕਲਣੀ ਹੈ। 900+ ਮਿਲੀਅਨ ਤੇ ਜਿਹਦਾ ਐਸਟੀਮੇਟ ਕੁਛ ਮਿਲੀਅਨ ਲਾਇਆ ਸੀ, ਤੇ ਹੁਣ ਇਹ ਕਿੰਨਾ ਕੁ ਬਿਜ਼ਨਸ ਲੈ ਆਊ, ਕਿੰਨਾ ਕੁ ਨਾਲ ਫਾਇਦਾ ਹੋਊ, ਤੇ ਸੂਬਾ ਤੇ ਸ਼ਹਿਰ ਕਿੰਨਾ ਕੁ ਰਲ ਕੇ ਇਹਨੂੰ ਕੰਮ ਕਰਨਗੇ। ਓਬਵੀਅਸਲੀ ਲੋਕ ਦੁਨੀਆਂ ਤੋਂ ਆਉਂਦੇ ਆ, ਪਰ ਇਸ ਮਹਾਮਾਰੀ ਦੇ ਚੱਲਦਿਆਂ ਅੱਜ ਤੋਂ 9 ਸਾਲ ਨੂੰ ਕੀ ਪ੍ਰੋਡਿਕਟ ਕਰੋਗੇ? ਵੱਡੇ ਵੱਡੇ ਕੱਪੜਿਆਂ ਦੇ ਸਟੋਰ ਤੇ ਕਰੋੜਾਂ ਦੇ ਇਹ ਕੱਪੜੇ, ਇੱਕ 6 ਇੰਚ ਬਾਈ 6 ਇੰਚ ਦੇ ਮਾਸਕ ਨੇ ਕੰਟਰੋਲ ਕਰਤੇ। ਜਿੱਧਰ ਦੇਖੋ ਮਾਸਕ, ਬੰਦਾ ਬੰਦੇ ਤੋਂ ਇਉਂ ਲੰਘਦਾ ਜਿਵੇਂ ਬੰਦਾ ਨੀ ਡੂਮਣਾ ਉੜਿਆ ਆਉਂਦਾ ਹੋਵੇ। ਐਡੀ ਬਦਕਿਸਮਤੀ ਹੋ ਗਈ। ਜੇ ਕੋਈ ਜਨਤਕ ਤੌਰ ਤੇ ਕਿਸੇ ਦਾ ਲਹਿ ਜਵੇ ਜਾਂ ਭੁੱਲ ਜਵੇ, ਉਹਦੇ ਵੱਲ ਬੰਦੇ ਇਉਂ ਝਾਕਦੇ ਆ ਜਿਵੇਂ ਕਿਸੇ ਹੋਰ ਪਲੈਨਟ ਤੋਂ ਏਲੀਅਨਸ ਆ ਗਏ ਹੋ। ਨਾਲੇ ਕੋਈ ਚੀਜ਼ ਹਲੇ ਤੱਕ ਸਿੱਧ ਨਹੀਂ ਹੋਈ ਵੀ ਇਹਦੇ ਨਾਲ ਹੀ ਉਹ ਫੈਲਦਾ। ਬੜਾ ਔਖਾ, ਬੰਦਾ ਉਇਓ ਖੜ ਜਾਂਦਾ, ਦਾੜੀ ਕੇਸ ਵਾਲਿਆਂ ਨੂੰ ਤਾਂ ਬਾਹਲਾ ਔਖਾ, 2 ਵਾਰ ਲਾ ਕੇ ਲਾ ਲੈ ਦਾੜੀ ਅੱਧੀ ਖਿੰਡ ਜਾਂਦੀ, ਮੁੱਛਾਂ ਮੂੰਹ ਚ ਪੈਣ ਲੱਗ ਜਾਂਦੇ ਨੇ। ਇੱਕ ਪੰਗਾ ਥੋੜਾ, ਜੇ ਦੂਜੇ ਲੋਟ ਬੰਨਦਾ ਉਹ ਪੱਕਾ ਹੀ ਬੰਨਣਾ ਪੈਂਦਾ। ਆਉਂ ਕਈਆਂ ਨੂੰ ਜਿਹੜੇ ਅੱਗੇ ਆਪਾਂ ਰੋਂਦੇ ਹੁੰਦੇ ਸੀ ਵੀ ਭਾਈ ਮੂੰਹ ਬੰਨ ਕੇ ਨਾ ਆਇਆ ਕਰੋ, ਉਹਨਾਂ ਦੀ ਗੱਲ ਸੂਤ ਬਹਿ ਗਈ। ਹੁਣ ਉਹ ਕਹਿੰਦੇ ਲੈ ਹੁਣ ਸੂਤ ਹੈ, ਠਾਠਾ ਬੰਨ ਕੇ ਚਾਹੇ 1 ਵਜੇ ਤੁਰਿਆ ਫਿਰ ਲੀਗਲ ਹੋ ਗਈ। ਲੀਗਲ ਤੇ ਪੰਜਾਬੀਆਂ ਦੇ ਅਨਲੀਗਲ ਦੇ ਵਿੱਚ ਹੁਣ ਬਾਹਲਾ ਫਰਕ ਨਹੀਂ ਰਿਹਾ। ਇਸ ਨੇ ਇਹ ਗੱਲ ਕਰ ਦਿੱਤੀ ਤੇ ਰਾਜਨੀਤੀ ਇਹਦੇ ਤੇ ਪੂਰੀ ਜਿਹੜੀ ਹੈ ਉਹ ਗਰਮ ਹੈ। ਬਜਟ ਦੇ ਵਿੱਚ ਵੇਖਿਓ ਕੀ ਹੋਣਾ, ਬਜਟ ਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ। ਘਾਟੇ ਦਾ 363 ਬਿਲੀਅਨ ਦਾ ਬਜਟ ਹੈ ਜਿਹੜਾ ਕੋਵਿਡ-19 ਦੇ ਪੈਂਡੈਮਿਕ ਤੇ 363 ਬਿਲੀਅਨ ਡਾਲਰ ਦੇ ਕਰੀਬ ਜਿਹੜਾ ਬਜਟ ਆ ਰਿਹਾ। ਤੇ ਸਾਰਾ ਕੁਝ ਇਕੱਠਾ ਕਰਕੇ ਖਾਤੇ ਚ ਵੀ ਪਾ ਦਿੰਦੇ ਨੇ ਆਪਣੇ ਚੰਦ ਪਰਦੇਸੀ ਦੇ ਵਿੱਚ, ਜਾਂ ਡਾਕੂਆਂ ਨੇ ਅਮਰੀਸ਼ਪੁਰੀ ਲੁੱਟ ਲਿਆ ਜਾ ਕੇ, ਭੂਸ਼ਣ ਖਰਵਿੰਦਰ ਨੇ ਮੂੰਹ ਰਲ ਕੇ, ਪਿੱਛੋਂ ਓਮਪੁਰੀ ਆਇਆ, ਓਮਪੁਰੀ ਵਹੀਆਂ ਚੱਕੀ ਆਵੇ, ਕਹਿੰਦਾ ਡਾਕੂ ਜੀ ਕਹਿੰਦਾ ਹਾਂ ਬੋਲ, ਇਹਨਾਂ ਨੂੰ ਵੀ ਫੂਕੋ ਜੀ ਨਾਲ ਹੀ, ਮੈਂ ਤਾਂ ਮਰ ਗਿਆ ਇਹਨੂੰ ਦੇਖਦਾ, ਇਹਨਾਂ ਦੇ ਹਿਸਾਬ ਕਰਦਾ, ਮੈਂ ਤਾਂ ਅੰਨਾ ਹੋ ਗਿਆ। ਇਸ ਪੈਂਡੈਮਿਕ ਨੇ ਜਿੱਥੇ ਰਾਜਨੀਤੀ ਨੂੰ ਸਮਾਂ ਮਿਲਿਆ, ਉੱਥੇ ਕਈ ਵਾਰ ਬਾਅਦ ਘਾਟ ਅਗਲਾ ਕਹਿੰਦਾ ਇਹਦੇ ਚ ਇਕੱਠੇ ਕਰ ਦੋ। ਜਿਵੇਂ ਮੇਰੇ ਵਰਗਾ ਸਟਾਰਬਕਸ ਲੈਣ ਗਿਆ ਹੋਵੇ, ਮੂਹਰੇ ਕੋਈ ਪੜਿਆ ਲਿਖਿਆ ਕਹਿ ਦੇਵੇ ਮੈਨੂੰ ਕੈਰਾਮਲ ਮੈਕੀ ਆਟੋ ਦੇ ਦੋ, ਜਾਂ ਮੇਰੇ ਵਾਲੇ ਝਾਕਦਾ ਵੀ ਤੈਨੂੰ ਕਿਹੜੀ, ਮੇਰਾ ਵਰਗਾ ਕਹਿੰਦਾ ਜਿਹੜੀ ਇਹਨੇ ਕਿਹਾ ਉਹੀ ਮੈਨੂੰ ਦੇ। ਜਿਹੜਾ ਟਰੂਡੋ ਨੂੰ ਜਿਹੜੀ ਹੈ ਉਹ ਰਿਓ ਡੀ ਜਨੇਰੀਓ ਦੇ ਵਿੱਚ, ਬ੍ਰਾਜ਼ਿਲ ਦੇ ਵਿੱਚ ਸਫੀਰ ਨੇ ਕਹਿ ਦਿੱਤਾ ਬਈ ਤੂੰ ਬੋਏ ਰਿਲੇਸ਼ਨ ਨਾ ਖਰਾਬ ਕਰ, ਰਨਿੰਗ ਡੌਗ ਨਾ ਬਣ ਅਮਰੀਕਾ ਦਾ। ਇਸ ਤੇ ਪ੍ਰਤੀਕਰਮ ਜਿਹੜਾ ਦੁਨੀਆਂ ਚ ਹੋਣਾ ਚਾਹੀਦਾ ਸੀ ਉਹ ਜਾ ਨਹੀਂ ਹਲੇ ਹੋਇਆ। ਹਲੇ ਪੂਰੀ ਜਿਹੜੀ ਗੱਲ ਨਹੀਂ ਹੋਈ ਇਹ ਜਿੰਨੀ ਹੋਣੀ ਚਾਹੀਦੀ ਸੀ। ਇਸ ਤੇ ਸਬਕ ਜਿਹੜਾ ਜ਼ਰੂਰ ਇੱਕ ਵਾਰ ਜ਼ਰੂਰ ਚਾਹੀਦਾ, ਇੱਥੇ ਦੇ ਸਫੀਰ ਸੱਦ ਕੇ ਓਟਵਾ ਨੂੰ ਗੱਲ ਕਰਨੀ ਚਾਹੀਦੀ ਹੈ। ਅਫਰੀਕਾ ਦੇ ਵਿੱਚ ਨਾ ਜੀ ਆਹ ਦਿਨਾਂ ਦੇ ਵਿੱਚ ਪਿਛਲੇ 6 ਮਹੀਨਿਆਂ ਦੇ ਵਿੱਚ ਲੜਾਈਆਂ ਬਹੁਤ ਹੋ ਰਹੀ। ਨਾਈਜਰ ਇੱਕ ਦੇਸ਼ ਹੈ, ਉੱਥੇ ਰਾਸ਼ਟਰਪਤੀ ਨੇ ਸਹੁੰ ਚੱਕਣੀ ਸੀ ਕੱਲ, ਅੱਜ ਉਸ ਦੇ ਮਹਿਲ ਤੇ ਹਮਲਾ ਹੋ ਗਿਆ। ਰਾਜ ਪਲਟੇ ਦੀ ਜਿਹੜੀ ਬਹੁਤ ਵੱਡੀ ਇੱਕ ਕੋਸ਼ਿਸ਼ ਜਿਹੜੀ ਹੈ ਉਹ ਅਸਫਲ ਹੋ ਗਈ।
ਜਿਹੜੀਆਂ ਕਲੋਨੀਜ਼ ਅਸਲ ਬਣੀਆਂ ਹੋਈਆਂ ਸੀ, ਕੋਈ ਫ੍ਰੈਂਚ, ਕੋਈ ਪੁਰਤਗੀਜ਼, ਕੋਈ ਇੰਗਲਿਸ਼ ਕਲੋਨੀਆਂ, ਵਿਚਾਰੇ ਅਫਰੀਕਾ ਤੋਂ ਆ ਤਾਂ ਗਏ, ਪਰ ਇਹੋ ਜਿਹਾ ਛੱਡ ਕੇ ਆਏ ਨੇ ਸਮਾਜ ਉੱਥੇ, ਉਹ ਦੇਸ਼ ਟਿਕੇ ਨੀ, ਜਿਹੜੀਆਂ ਉੱਥੇ ਦੀ ਗੱਲ ਹੀ ਨੀ ਟਿਕ ਰਹੇ, ਇਹ ਵੱਡੀ ਮੁਸ਼ਕਲ ਹੈ। ਅਫਰੀਕਾ ਦੇ ਵਿੱਚ ਪਿਛਲੇ ਦਿਨੀ ਇਥੋਪੀਆ ਦਾ ਰੌਲਾ, ਕਦੇ ਇਹਦਾ ਰੌਲਾ, ਤੇ ਹੁਣ ਊਂ ਪੰਜ ਸੱਤ ਸਾਲ, ਪੰਜ ਕੁ ਸਾਲ ਲੰਘ ਗਏ, ਜੰਗਲੀ ਜਿਹੜੇ ਸਮੁੰਦਰੀ ਲੁਟੇਰਿਆਂ ਨੇ ਕੋਈ ਸ਼ਿਪ ਨੀ ਲੁੱਟਿਆ, ਕਿਉਂਕਿ ਉਸ ਜਗ੍ਹਾ ਤੇ ਸੋਮਾਲੀਆ ਦੇ ਨੇੜੇ ਨੇੜੇ ਪਾਣੀਆਂ ਦੇ ਵਿੱਚ ਬਹੁਤ ਜ਼ਿਆਦਾ ਗਸ਼ਤ ਹੁੰਦੀ ਹੈ, ਦੁਨੀਆਂ ਭਰ ਦੇ ਨੈਵਲ ਸ਼ਿਪਸ ਉੱਥੇ ਜਾਂਦੇ ਆ। ਕੈਪਟਨ ਫਿਲਪ ਇੱਕ ਮੂਵੀ ਵੇਖਣ ਵਾਲੀ ਆ, ਵੇਖਿਓ ਵੀ ਕਿਵੇਂ ਆ ਕੇ ਜਿਹੜਾ ਹੱਲਾ ਬੋਲਦੇ ਆ ਸ਼ਿਪ ਤੇ। ਰਾਮ ਸਰੂਪ ਅਣਖੀ ਉਹਨਾਂ ਨੇ ਪੰਜਾਬ ਦੇ ਪਿੰਡਾਂ ਦਾ ਦਰਦ ਜਿਹੜਾ ਉਹ ਬੜਾ ਲਿਖਿਆ, ਬੜੀ ਬੇਬਾਕੀ ਦੇ ਨਾਲ ਲਿਖਿਆ। ਪ੍ਰਤਾਪੀ ਦੁੱਲੇ ਦੀ ਢਾਬ, ਜ਼ਮੀਨਾਂ ਵਾਲੇ, ਬੜੇ ਅਲੱਗ ਅਲੱਗ ਕਿਸਮ ਦੇ ਉਹਨਾਂ ਦੇ ਨਾਵਲ, ਜ਼ਮੀਨਾਂ ਵਾਲੇ ਤਾਂ ਸਾਰੀ ਬੂਟਾ ਸਿੰਘ ਸ਼ਾਹ ਦਾ, ਤੇ ਉਹਨਾਂ ਦੀਆਂ ਕਹਾਣੀਆਂ ਵੀ ਨੇ। ਦੁੱਲੇ ਦੀ ਢਾਬ ਦੇ ਵਿੱਚੋਂ ਇੱਕ ਕਹਾਣੀ ਬਣਾਈ ਆ ਤੇ ਤੁਹਾਨੂੰ ਸੁਣਾਉਣਾ ਅੱਜ ਮੈਂ। ਧਰਤੀ ਦੇ ਦਰਵੇਸ਼ ਜਦ ਤੋਂ ਦਿਆਲੂ ਨੂੰ ਜੋਰੇ ਨੇ ਪੈਸਾ ਦੇਣੇ ਤੋਂ ਨਾ ਕਰਤੀ ਤਾਂ ਸੰਤਾ ਉਦਾਸ ਹੋ ਗਿਆ, ਛੋਟੇ ਭਰਾ ਨਾਲ ਦੁਖੀ ਹੋ ਗਿਆ। ਮੈਂ ਇਹਨੂੰ ਘਰ ਚ ਵਹਿੜ ਕੇ ਅੰਗੂ ਪਾਲਿਆ, ਕੰਮਾਂ ਤੋਂ ਵਿਹਲਾ ਰੱਖਿਆ, ਐਸ਼ਾਂ ਕਰਾਈਆਂ, ਅੱਜ ਰਾਜਾ ਬਣਿਆ ਬੈਠਾ ਪਟਿਆਲੇ ਵਾਲਾ, ਫੀਮਾ ਵੇਚ ਵੇਚ ਹਰਾਮ ਦੀ ਕਮਾਈ ਨਾਲ ਕਿਲੇ ਅਸਾਰ ਲਏ, ਘਰ ਵਾਲੀ ਵੀ ਨੱਕ ਚੋਂ ਠੂਹੇ ਸਿੱਟਦੀ ਫਿਰਦੀ ਆ, ਫੁਰ ਫੁਰ ਕਰਦੀ ਫਿਰਦੀ ਹੈ, ਉਹਨੇ ਵੀ ਨੀ ਉੱਤਾ ਗੌਲਿਆ, ਬਹੁਤ ਮਾੜੀ ਗੱਲ ਕੀਤੀ। ਸੰਤਾ ਗੁੱਸੇ ਹੋਏ, ਫਿਰ ਕਿਤੇ ਹੱਥ ਨਾ ਪੈਂਦਾ, ਕਸਤੂਰੀ ਦੀ ਹੱਟ ਦਾ ਸੌਦਾ ਵਧੀ ਜਾਂਦਾ, ਫਸਲ ਤੋਂ ਮੋੜਦਾ ਪਰ ਗੱਲ ਨਾ ਬਣਦੀ। ਤੇ ਅਖੀਰ ਕਸਤੂਰੀ ਨੇ ਵੀ ਕਹਿਤਾ, ਭਾਈ ਨਗਦੇ ਮਿਲੂ, ਹੁਣ ਨੀ ਸੌਦਾ ਮਿਲਣਾ, ਜੇ ਕੋਈ ਸੌਦਾ ਲੈ ਕੇ ਜਾਣਾ ਹੈ ਤਾਂ ਨਗਦੇ ਦਿਓ, ਨਗਦ ਪੈਸਾ ਸਾਲਾ ਕਿੱਥੋਂ ਆਊਗਾ, ਇੱਥੇ ਕਿਹੜਾ ਘਰ ਚ ਕੋਈ ਸਰਕਾਰੀ ਮੁਲਾਜ਼ਮ ਆ ਜਿਹਦੀ ਤਨਖਾਹ ਪੈਂਦੀ ਹੈ, ਇੱਥੇ ਤਾਂ ਹਾੜੀ ਸੌਣੀ, ਪੈਸੇ ਦੇਖਣ ਨੂੰ ਨੀ ਮਿਲਦੇ। ਸੰਤਾ ਬਹੁਤ ਔਖਾ ਸੀ, ਰੌਲਾ ਇਹ ਪੈ ਗਿਆ ਕਿ ਕਰਨੈਲ ਸੰਤੇ ਦੇ ਛੋਟੇ ਪੁੱਤ ਦਾ ਦੇ ਸਾਲੇ ਦਾ ਵਿਆਹ ਆ ਗਿਆ। ਵਿਆਹ ਆ ਗਿਆ ਤਾਂ ਘਰ ਚ ਜਵਾਕ ਨੇ ਸਿੰਘ ਮਿੱਟੀ ਚੱਕ ਲਈ, ਮਾਮੇ ਦੇ ਵਿਆਹ ਜਾਣਾ, ਮਾਮੇ ਦੇ ਹੁਣ ਜਵਾਕ ਜੱਲਾ ਆਊ। ਸਵੇਰੇ ਦਿਆਲੋ ਨੇ ਸੰਤੇ ਨੂੰ ਬਾਹਰਲੀ ਬੈਠਕ ਦੇ ਵਿੱਚ ਜਾਂ ਚਾਹ ਦਾ ਗਲਾਸ ਦਿੱਤਾ, ਨਾਲ ਮਾਵਾ ਕੱਢ ਕੇ ਦਿੱਤਾ, ਤਾਂ ਕੀ ਸੋਚਿਆ ਫਿਰ, ਕਾਹਦਾ ਚਾਹ ਦੀ ਘੁੱਟ ਪੀਂਦੇ, ਸੰਤੇ ਨੇ ਕਿਹਾ, ਪਹਿਲੇ ਦੀ ਬਹੂ ਜਿੱਦ ਫੜੀ ਬੈਠੀ, ਆਖੇ ਮੈਂ ਤਾਂ ਮੁੰਡੇ ਨੂੰ ਵਧੀਆ ਕੱਪੜੇ ਲੈ ਕੇ ਦੇ ਜਾਣੇ ਨੇ। ਅੱਛਾ, ਕੱਪੜੇ ਤਾਂ ਫਿਰ ਕੇਲੇ ਦੇ ਜਵਾਕ ਵੀ ਨਵੇਂ ਭਾਲਣਗੇ, ਕੇਲਾ ਤੇ ਕੇਲੇ ਦੀ ਬਹੂ ਦੇ ਨਵੇਂ ਕੱਪੜੇ ਜਾਂ ਲਹੂ, ਫਿਰ ਤਾਂ ਵਿਆਹ ਹੈ। ਤਾਂ ਕੱਪੜਿਆਂ ਦੇ ਮੂੰਹੇ ਧੂਸ ਨਿਕਲ ਜੂ ਆਪਣਾ, ਕਹਿੰਦੀ ਬਹੂ ਨੂੰ ਟੂਮ ਵੀ ਦੇਣੀ ਹੈ, ਇੰਨਾ ਕੱਪੜਾ ਤਾਂ ਪਾਣੀ ਇਹਨੇ ਆਪਾਂ ਨੂੰ ਦੇਣਾ ਨੀ, ਨਗਦ ਭਾਲੂਗਾ ਕੁਛ ਨਾ ਕੁਛ, ਪਹਿਲਾਂ ਵੀ ਨਾਵਾਂ ਸਿਰ ਖੜਾ, ਪਤਾ ਨੀ ਕਿੰਨੇ ਹਜ਼ਾਰ ਹੈ ਇਹਦਾ, ਕੁਛ ਨੀ ਹਲੇ ਪਤਾ। ਸੰਤੋ ਸੰਤਾ ਔਖਾ ਹੋਇਆ ਬੈਠਾ, ਰੌਣਕ ਬਾਣੀ ਇਹਦਾ ਇੱਕ ਮੁੰਡਾ ਨੌਰ, ਰੋਡੂ ਸ਼ਾਹ ਮੰਡੀ ਚ ਕੱਪੜੇ ਦੀ ਦੁਕਾਨ ਕਰਦਾ, ਸੰਤੇ ਦੇ ਕੋਲੋਂ ਉਦੋਂ ਹਮੇਸ਼ਾ ਕੱਪੜਾ ਲੀਦਾ ਲਿਆਉਂਦਾ, ਉਧਰ ਵੀ ਲਿਆਉਂਦੇ ਜੱਟਾਂ ਕੋਲ, ਉਧਾਰ ਵੀ ਲਿਆਉਂਦੇ ਜੱਟਾਂ ਕੋਲ, ਨਗਦ ਪੈਸੇ ਕਿੱਥੇ, ਹਾੜੀ ਸੋਹਣੀ ਬਥੇਰਾ ਨਿਬੜਦੇ ਪਰ ਨਿਬੜਦਾ। ਸੰਤਾ ਕਈ ਦਿਨ ਸੋਚਦਾ ਰਿਹਾ ਪੈਸਿਆਂ ਦਾ, ਯਾਰ ਕੀ ਹੀਲਾ ਕਰੀਏ, ਕਰਨੈਲ ਦੇ ਸਾਲੇ ਦਾ ਵਿਆਹ, ਕਰਨੈਲ ਆਖ ਰਿਹਾ ਸੀ ਇੱਕ ਹਜ਼ਾਰ ਰੁਪਏ ਤਾਂ ਨਿਊ ਦਾ ਪਾਉਣਾ ਮੈਂ, ਪ੍ਰਾਹੁਣੇ ਕਿਤੇ ਨਿਊ ਦੇ ਪਾਉਂਦੇ ਹੁੰਦੇ ਨੇ, ਤੇਰਾ ਨਿਊ ਦਾ ਕਾਹਦਾ ਬਈ, ਸੰਤੇ ਨੇ ਮੁੰਡੇ ਨੂੰ ਕਿਹਾ। ਤਿੰਨ ਜਵਾਕਾਂ ਦਾ ਪਿਓ ਆ ਮੈਂ ਬਾਪੂ, 15 ਸਾਲ ਹੋ ਗਏ ਵਿਆਹ ਨੂੰ, ਹੁਣ ਮੈਂ ਫੁੱਫੜ ਆ, ਪ੍ਰਾਹੁਣਾ ਨੀ, ਹੁਣ ਮੈਂ ਨਿਊ ਦਾ ਪਾਉਣਾ। ਫੁੱਫੜ ਪ੍ਰਾਹੁਣਾ ਨੀ ਹੁੰਦਾ, ਫੁੱਫੜ ਵੀ ਜਮਾਈਓ ਹੁੰਦਾ, ਜਿੰਨਾ ਚਿਰ ਸੱਸ ਸਹੁਰਾ ਬੈਠਿਆ ਤੇਰੇ ਸੱਸ ਸਹੁਰਾ ਕਾਇਮ ਨੇ। ਸੰਤਾ ਚਾਹੁੰਦਾ ਸੀ ਵੀ ਗੱਲ ਸਰ ਜਾਵੇ, ਉਹ ਨਿਊ ਦੇ ਨਾਲ ਅਗਲੇ ਦੀ ਮਦਦ ਹੋ ਜਾਂਦੀ ਆ, ਬਾਪੂ ਆਪਾਂ ਭੂਪੇ ਆ, ਮਦਦ ਹੋ ਜਾਂਦੀ ਆ, ਕਿਉਂਕਿ ਲਾਣੇਦਾਰ ਕਰਕੇ ਬਹੁਤ ਚੀਜ਼ਾਂ ਜਿਹੜੀਆਂ ਕਰਨੈਲ ਤੇ ਜਰਨੈਲ ਨੂੰ ਪੁੱਤ ਨਾ ਦੱਸਦਾ, ਉਹ ਦੋਨੇ ਪੁੱਤ ਕਰਮਾਂ ਦੇ ਭਾਗੀ, ਕੰਮ ਕਰਦੇ, ਉੱਪਰੋਂ ਸੰਤਾ ਕਿਵੇਂ ਓੜਦਾ ਉਹ ਸੰਤੇ ਨੂੰ ਪਤਾ ਸੀ। ਆਪਾਂ ਕਿਹੜਾ ਬਿਰਲੇ ਆ, ਭੁੱਖ ਨੰਗ ਨਾਲ ਆਪਾਂ ਘੁਲਦੇ ਆ, ਆਪਾਂ ਕੀ ਕਰ ਲਾਂਗੇ ਮਦਦ। ਬਸ ਬਾਪੂ ਤੂੰ ਮੈਨੂੰ ਰੁਪਈਆ 5,000 ਲਿਆ ਦੇ, ਚਾਹੇ ਕਾਲੇ ਚੋਰ ਤੋਂ ਲੈ ਕੇ ਦੇ, ਉਹਨਾਂ ਦਾ ਆਖਰੀ ਵਿਆਹ
ਅਸੀਂ ਕੁਛ ਬਣ ਕੇ ਜਾਣਾ, ਮੈਂ ਤੁਹਾਨੂੰ ਦੱਸਾਂ ਗੱਲ। ਸੰਤ ਉਹਦੀ ਗੱਲ ਸੁਣ ਕੇ ਅਚੰਭਤ ਰਹਿ ਗਿਆ, 5000 ਘੱਟ ਨਾ ਵੱਧ। ਅੱਜ ਪਿਓ ਵੀ ਔਖਾ ਸੀ ਕਿ ਪੁੱਤ ਨੇ ਇੱਕ ਵਾਰ ਮੰਗਿਆ ਤੇ ਹੁਣ ਕੀ ਕੀਤਾ ਜਾਵੇ। 5000 ਨਾ ਕਿਤੇ ਤੈਨੂੰ ਹੋਰ 2500 ਮੁੱਕਦਾ ਨੀ, ਇੰਨਾ ਤਾਂ ਨਗਦ ਲਿਜਾਓਗੇ, ਕੱਪੜਾ ਲੀੜਾ ਜਿਹੜਾ ਆਪਦਾ ਸਮਾਓਗੇ ਤੇ ਉਹਨੂੰ ਲਿਜਾਉਣਾ, ਉਹਦਾ ਵੀ ਪੈਸਾ, ਇੰਨਾ ਰਿਪੋਰਟ ਆਊਗਾ ਕਿੱਥੋਂ? ਸਾਨੂੰ ਨੀ ਪਤਾ ਤੇਰੇ ਬਾਪੂ ਰਿਪੋਰਟ ਦਾ, ਸਾਰਾ ਦਿਨ ਘੱਟਾ ਢੋਣੇ ਆ, ਦੋ ਦਿਨ ਐਸ਼ ਕਰਕੇ ਆਉਣੀ ਆ, ਸਹੁਰੇ ਜਾਣਾ, ਮੈਨੂੰ ਰੁਪਈਆ 5000 ਚਾਹੀਦਾ। ਸੰਤ ਨੂੰ ਦਿਨ ਆਪਣੇ ਯਾਦ ਆਉਣ ਲੱਗ ਗਏ, ਜਵਾਨੀ ਪੈਰੇ ਕਿੰਨਾ ਬਣ ਕੇ ਸਹੁਰੀ ਜਾਂਦਾ, ਕੱਪੜੇ ਪਾ ਕੇ ਪੈਰਾਂ ਚ ਗਰਦਾਬੀ ਖੜਕਦੀ ਤੇ ਜਿਵੇਂ ਇਉਂ ਲੱਗਦੀ ਜਿਵੇਂ ਘੋੜੀ ਪੀੜੀ ਹੋਈ ਹੋ। ਇੱਕ ਵਾਰ ਉਹ ਸਹੁਰਿਆਂ ਦੇ ਵਿਆਹ ਗਿਆ, ਕਿੰਨਾ ਖਰਚ ਕਰਕੇ ਆਇਆ, ਕੈਲਾ ਸ਼ੈਲਾ, ਪਹਿਲਾਂ ਤੇ ਜੈਲਾ ਉਦੋਂ ਛੋਟੇ ਸੀ, ਅਦਾਸੀ ਫੜ ਗਈ ਪਿਓ ਨੂੰ, ਪਿਓ ਅੱਜ ਇਹ ਜੇ ਦੁੱਖ ਚ ਸੀ ਵੀ ਪੁੱਤ ਨੇ ਵਿਆਹ ਜਾਣਾ। ਕਰਨੈਲ ਨੂੰ ਕਰ ਲੈਣ ਦੇ ਆਪਦਾ ਚਿਤਰਾ ਜੀ, ਗਾਹ ਨੂੰ ਕਬੀਲਦਾਰੀ, ਇਹਨਾਂ ਦੇ ਗੱਲ ਪੈਣੀ ਆ ਮੁੰਡਿਆਂ ਦੇ, ਆਪਦਾ ਪੜਿਆ ਵਿਚਾਰ ਨਾ ਕਰਦੇ ਇੰਨਾ ਖਰਚ ਕਰ ਲੈਣ ਜਿਹੜਾ ਕਰਦਾ, ਦਿਆਲੋ ਪੁੱਤ ਦੀ ਗੱਲ ਕਰ। ਸਵੇਰੇ ਉੱਠਿਆ ਸੰਤਾ, ਚਾਹ ਨਾਲ ਕਾਇਮ ਹੋ ਗਏ ਕਰੜਾ ਦਿਲ ਕਰਕੇ, ਰੋਡੂ ਸ਼ਾਹ ਦੀ ਮੰਡੀ ਜਾ ਵੜਿਆ ਵੀ ਬਾਣੀਏ ਨਾਲ ਗੱਲ ਕਰੇ। ਕੀਮਤੀ ਲਾਲ ਤੜਕੇ ਤੜਕੇ ਗੱਦੀ ਤੇ ਸੁਹਾਣੇ ਦੀ ਢੂਹ ਲਾਈ ਬੈਠਾ, ਥੱਲੇ ਫਰਸ਼ ਤੇ ਦਰੀ ਵਿਛੀ ਹੋਈ, ਚਿੱਟੀਆਂ ਚਾਦਰਾਂ, ਕੀਮਤੀ ਲਾਲ ਕੰਬਲ ਦੀ ਬੁੱਕੜ ਮਾਰੀ ਬੈਠਾ, ਕੰਬਲ ਆਲੇ ਦੁਆਲੇ ਕੰਨਾਂ ਤੋਂ ਉੱਚਾ ਕੀਤਾ ਜਿਵੇਂ ਫਨੀਅਰ ਬੈਠਾ ਹੁੰਦਾ ਕਿਸੇ ਘਾਹ ਦੇ ਵਿੱਚ, ਸੁਮੈਲਾ ਜਾ ਮਫਲਰ, ਮਸਾ ਹੀ ਇੱਕ ਹੱਥ ਕੰਬਲ ਚੋਂ ਬਾਹਰ ਕੱਢਦਾ, ਗੁੜਗੁੜ ਕਰਕੇ ਹੁੱਕੇ ਦੀ ਘੁੱਟ ਭਰਦਾ, ਹੁੱਕੇ ਦੀ ਘੁੱਟ ਚ ਤਮਾਕੂ ਦਾ ਧੂੰਆਂ ਘੱਟ ਸੀ, ਸਰਦੀ ਬਹੁਤ ਸੀ, ਮੂੰਹ ਤੋਂ ਵਿੱਚੋਂ ਭਾਫ਼ ਵੀ ਐ ਲੱਗਦੀ ਸੀ ਜਿਵੇਂ ਹੁੱਕੇ ਦਾ ਧੂੰਆਂ ਹੋਵੇ। ਜਾਂਦੇ ਸਤਿ ਸ੍ਰੀ ਅਕਾਲ ਬੁਲਾ ਕੇ ਸੰਤ ਆ ਗਿਆ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਬਾਣੀਆ ਜੀ, ਆ ਵੇ ਸੰਸਿਆ ਬੈਠ। ਕੀਮਤੀ ਲਾਲ ਨੇ ਘੁੱਟ ਭਰ ਕੇ ਹੁੱਕੇ ਦੀ ਨਦੀ ਪਰਾਂ ਨੂੰ ਕਰਤੀ। ਸੰਤ ਨੇ ਚਾਰ ਖਾਨੇ ਦਾ ਮੈਲਾ ਕੋਟ ਪਾਇਆ ਸੀ, ਘਸੇ ਪੁਰਾਣੇ ਕੰਬਲ ਦੀ ਬੁੱਕਲ ਮਰ ਸੀ, ਗੱਦੀ ਕੋਲ ਬਹਿ ਕੇ ਦਾੜੀ ਖੋਕਣ ਲੱਗ ਗਿਆ, ਅੱਜ ਕਿੱਧਰ ਸਵੇਰੇ ਸਵੇਰੇ? ਕੀਮਤੀ ਲਾਲ ਨੇ ਨਿਗਾਹ ਗੱਡੀ, ਜਿਵੇਂ ਕਹਿੰਦੇ ਹੁੰਦੇ ਨੇ ਅਖੇ ਬਾਹਮਣ, ਮੇਰਾ ਗਾਤਨੀ ਸ਼ਾਹ, ਮੇਰਾ ਪਤਨੀ, ਬਸ ਆ ਹੀ ਜਾਣ ਲੈ, ਤੂੰ ਤੇਰੇ ਕੋਲ ਹੀ ਆਇਆ। ਕੀ ਪੀ ਪੈ ਗਈ ਹੁਣ ਬੜੇ ਮੁੰਡੇ ਦਾ, ਕਰਨੈਲ ਦਾ ਆਪਣੇ ਦਾ, ਐਵੇਂ ਹੀ ਕਰਨੈਲ ਦਾ, ਉਹਦੇ ਸਾਲੇ ਦਾ ਵਿਆਹ, ਤੂੰ ਸਮਝ ਲਾ ਵੀ 10000 ਦੇ ਕਰੀਬ ਖਰਚਾ ਹੈ, ਤੇ ਨਿਰਨੀ ਸੰਨ ਚ ਤੇ ਘਰੇ ਦਵਾਨੀ ਨੀ ਹੈ, ਤੇ ਪੈਸਾ ਤਾਂ ਤੇਰੇ ਕੋਲ ਆਇਆ। ਮੈਂ ਸੁਣ ਲੈ, ਇੱਕ ਪੈਸਾ ਤੇਰੇ ਕੰਨੀ ਪਹਿਲਾਂ ਵੀ ਬਹੁਤ ਹੋਇਆ ਪਿਆ, ਕਿੰਨਾ ਕੁ ਹੋਇਆ ਪਿਆ ਇਹ ਤਾਂ ਮਨੀਮੇ ਦੱਸੂ, ਹਾਲੇ ਆਇਆ ਨੀ, ਪਰ ਮੇਰਾ ਦਾਜਾ ਵਿਆਜ ਲਾ ਕੇ ਕੀ ਫਸਲ ਤੱਕ 2.5 ਲੱਖ ਦੇ ਕਰੀਬ ਰਕਮ ਹੋਜੂ ਤੇਰੇ ਵੱਲ। ਕੀਮਤੀ ਨੇ ਮੰਗਲ ਕੰਬਲ ਜਿਹੜਾ ਹਿਲਾ ਕੇ ਉੱਪਰ ਨੂੰ ਕੀਤਾ ਤੇ ਮੂਹਰੇ ਟੋਇਆ ਜੱਟ ਨੂੰ, ਜਿਵੇਂ ਬੱਕਰੇ ਨੂੰ ਕਸਾਈ ਟੋਹਦਾ ਹੁੰਦਾ ਪੂੰਛ ਤੋਂ ਪੱਟ ਕੇ ਵੀ ਕਿੰਨੀ ਕੁ ਜਾਨ। ਸੰਤਾ ਬੋਲਿਆ ਨਾ, ਕੱਲ ਸੁਣ ਲੈ, ਸਾਡੇ ਕੋਲ ਕੋਈ ਤੇਰੀ ਚੀਜ਼ ਗਹਿਣੇ ਨੀ ਹੈ, ਨਾ ਕੋਈ ਜ਼ਮੀਨ, ਨਾ ਟੂ, ਨਾ ਟੱਲਾ, ਨਾ ਕੋਈ ਤੇਰੀ ਤੇਰਾ ਕੋਈ ਸਪਾਹੀ ਸਾਡੇ ਕੋਲ ਹੈ, ਹੁਣ ਤੈਨੂੰ ਪੈਸਾ ਦੇਣ ਦਾ ਸਾਡਾ ਹੱਕ ਕੋਈ ਨੀ, ਜੇ ਤੈਂ ਪੈਸਾ ਲੈਣਾ ਹੈ ਤਾਂ ਭਾਈ ਕੁਛ ਨਾ ਕੁਛ ਹੁਣ ਚੀਜ਼ ਦੇਣੀ ਪਊ। ਕੰਬਲ ਚੱਕ ਕੇ ਕੀਮਤੀ ਲਾਲ ਨੇ ਗਰਦਨ ਦੇ ਉੱਪਰ ਕਰ ਲਿਆ, ਚੱਲ ਜਿੱਥੇ ਹੋਰ ਉੱਥੇ ਹੋਰ, ਪਹਿਲੇ ਨਾਮੇ ਤੇ 20000 ਜੋੜ ਲਾ, ਹੋਰ ਕਿਹੜਾ ਕੀ ਫਰਕ ਹੈ? ਸੰਤੇ ਨੇ ਕਿਹਾ, ਨਾ ਇਹ ਝੂਠੀ ਗੱਲ ਹੈ, ਐਵੇਂ ਤੈਨੂੰ ਕਹਿ ਦਿਆਂ, ਤੇਰੇ ਘਰ ਕਾਰਜਾ ਵਿਆਹ ਮੁੰਡੇ ਸਾਰੇ ਦਾ ਸੱਦਾ ਨੀ, ਤਾਂ ਹੀ ਆਇਆ ਆਸ ਲੈ ਕੇ, ਇਉਂ ਕਰ 3 ਕਿੱਲੇ ਜ਼ਮੀਨ ਗਹਿਣੇ ਲਿਖਵਾ, ਹੋਰ ਲੈ ਜਾ 20-30 ਹਜ਼ਾਰ, ਹੁਣੇ ਆ ਜਾਂਦਾ ਮਨੀਮ, ਲਿਖਤ ਕਰ ਲੈਂਦਾ ਪਹਿਲਾਂ ਦੀ ਸਾਰੀ ਰਕਮ ਹੋਣ ਵਾਲਾ ਦਿੱਤਾ, ਸਾਰਾ ਕਰਕੇ ਕਾਇਮ ਆ, 3 ਕਿੱਲੇ ਜ਼ਮੀਨ ਤੇ ਆ ਜਾ, ਤੈਨੂੰ ਵਿਆਜ ਪੈਣਾ ਹਰ ਜੂ, ਬਸ 3 ਕਿੱਲੇ ਦੀ ਫਸਲ ਮੇਰੀ ਹੋ ਗਈ। 3 ਕਿੱਲੇ? 6 ਤਾਂ ਕੀਲੇ ਨੇ ਮੇਰੇ ਕੋਲ, 3 ਕੀਲੇ ਦੇ ਕੇ ਤੇਰਾ ਮੇਰਾ ਕੀ ਬਣੂ? ਇਹ ਭਾਈ ਤੂੰ ਆਪਦੀ ਦੇਖ, ਆਪਦੀ ਗੱਜ ਕਰਕੇ ਆਇਆ ਤੂੰ, ਪੈਸੇ ਝਾੜਾਂ ਨੂੰ ਥੋੜਾ ਲੱਗਦੇ ਨੇ, ਬਈ ਸੁੱਖੇ ਦੇ ਪੱਤੇ ਵਾਂਗੂ ਸੂਤ ਲਿਆਉਣ ਨੇ, ਗੱਜਾਂ ਘਟਾਓ ਆਪਣੀਆਂ ਭਾਈ, ਵਿਆਹ ਤੇ 10000 ਕਹਿਣਾ, 5-10 ਨਾਲ ਵੀ ਸਰ ਸਕਦਾ, ਮੁੰਡਾ ਨਾਸੀ ਧੂੰਆਂ ਦੇਈ ਬੈਠਾ, ਲਾਲਾ ਨਾਸੀ ਧੂੰਆਂ ਦਿੰਦਾ ਮੁੰਡਾ, ਕਿੱਧਰ ਜਾਵਾਂ, ਤਵੀਲਦਾਰੀ ਆ ਜਿਹੜੀ ਉਹ ਲੈਣ ਦੇਣ ਮੇਰੇ ਸਿਰ ਤੇ ਆ, ਮੁੰਡੇ ਦਾ ਜਵਾਨ ਹਾਲਾਤ ਹੀ ਇੱਕ ਬਸ, ਸੰਤ ਦੇ ਬੋਲ ਚ ਧਾ ਸੀ, ਚੱਲ ਤੂੰ ਇਉਂ ਕਰ ਲੈ ਫਿਰ, ਤੂੰ 20000 ਮੰਗਦਾ 20000 ਲੈ ਜਾ, ਹੋਰ ਲੈ ਜਾ, ਪਰ ਕੀਲਾ ਜ਼ਮੀਨ ਦਾ ਲਿਖਾ ਦੇ, 3 ਨੀ ਤਾਂ ਕੀਲਾ ਤਾਂ ਲਿਖਾ ਬਈ, ਇਉਂ ਕਰ ਮੇਰੇ ਯਾਰ, ਐਂ ਕਿਉਂ ਕਰਦਾ ਤੂੰ? ਦਸਤੂਰੀ ਨੇ ਗੱਲ,
ਚੱਲ ਨਵੇੜ ਫਿਰ ਦਿੱਤਾ ਇੱਕ ਕਿੱਲਾ ਫਸਲ ਲਈ ਜਾਈ 20,000 ਅੱਜੇ ਦੇ ਸਬਰ ਕਰ ਲੈ ਮੁਨੀਮ ਆ ਲੈਣ ਤੇ ਦਿੰਦੇ ਆ ਦਿੰਦੇ ਆ ਸੰਤਾ ਉੱਠ ਕੇ ਤੁਰ ਗਿਆ ਮੈਂ ਜਾ ਪੀਆ ਵਾ ਫਿਰ ਹੁਣ ਗੱਲ ਤੇਰੀ ਕੱਕੀ ਪੱਕੀ ਹੈ ਹਾਂ ਪੱਕੀ ਹੈ ਸੰਤ ਨੇ ਜਾ ਕੇ ਚਾਹ ਵਾਲੀ ਦੁਕਾਨ ਤੇ ਚਾਹ ਦਾ ਬਣਾ ਯਾਰ ਇੱਕ ਕੱਪ ਨਾਲੇ ਦਾੜੀ ਖੁਰਚੀ ਚਾਹ ਜਦ ਮੁੜ ਕੇ ਆ ਗਈ ਦੂਜੀ ਚਾਹ ਜਦ ਪੀ ਲਈ ਦੂਜੀ ਚਾਹ ਨੇ ਹਲਾਰਾ ਦਿੱਤਾ ਨਾਲ 20,000 ਰੁਪਈਆ ਮਿਲਣ ਦੀ ਵੀ ਗੱਲ ਦੋ ਘੰਟਿਆਂ ਬਾਅਦ ਮਿਲਿਆ ਅੰਗੂਠਾ ਲੱਗ ਗਿਆ ਤੇ 20,000 10,000 ਦੀਆਂ ਜਿਹੜੀਆਂ ਦੋ ਗੁੱਠੀਆਂ ਦੇ ਦੀਆਂ ਕੀਮਤੀ ਲਾਲ ਤੋਂ 20,000 ਫੜ ਕੇ ਸਿੱਧਾ ਪਹਿਲਾਂ ਨੌਰ ਚੰਦ ਦੀ ਦੁਕਾਨ ਤੇ ਗਿਆ ਕਿ ਇੱਥੋਂ ਕੱਪੜੇ ਆਉਣੇ ਨੇ ਨੌਰ ਚੰਦ ਬੈਠਾ ਮੱਕੀ ਨਾਲ ਮੱਖੀ ਦੇ ਨਾਲ ਘੁਲ ਰਿਹਾ ਸੀ ਮੱਖੀ ਮੂੰਹ ਤੇ ਆਉਂਦੀ ਮੱਖੀ ਨੂੰ ਮਾਰਨ ਲਈ ਦੋਨੇ ਤਾੜੀਆਂ ਮਾਰਦਾ ਮੱਖੀ ਵਿੱਚ ਤੋਂ ਲੰਘ ਜਾਂਦੀ ਫਿਰ ਨੱਕ ਤੇ ਬਹਿੰਦੀ ਨੌਰ ਫਿਰ ਤਾੜੀ ਮਾਰਦਾ ਜਾਨੂੰ ਸੰਤਾ ਚਲੇ ਗਿਆ ਸੰਤ ਨੇ ਤੁਰੇ ਜਾਂਦੇ ਪਿੱਛੋਂ ਪੱਗ ਉੱਚੀ ਚੱਕ ਕੇ ਨਾ ਗਰਦਨ ਤੇ ਖਾਜ ਕਰਕੇ ਸਤਿ ਸ੍ਰੀ ਅਕਾਲ ਜੀ ਬੱਲੇ ਬੱਲੇ ਸੰਤਾ ਸਿੰਘ ਜੀ ਆ ਗਏ ਸੰਤਾ ਸਿੰਘ ਜੀ ਆ ਗਏ ਉਹ ਵੱਡਿਆ ਉਹ ਬੱਚੂ ਹਾਂਜੀ ਰਾਜਾ ਜੀ ਕਿਆ ਚਾਹ ਲਿਆ ਕਿੱਥੋਂ ਲਿਆ ਵਾ ਜੀ ਚਾਹ ਝਾਈ ਤੋਂ ਲਿਆ ਆਪਣੀ ਤੋਂ ਦੇਖੀ ਕਿਤੇ ਹੋਟਲ ਤੇ ਨਾ ਚਲੇ ਜਾਈ ਘਰੇ ਲਿਆਈ ਚਾਹ ਘਰੋਂ ਤੇ ਆਉਣ ਵਾਲੇ ਚਾਹ ਘਰੋਂ ਲਿਆਈ ਤੇ ਹਲਵਾਈ ਦੀ ਦੁਕਾਨ ਤੋਂ ਜਾ ਕੇ ਨਾ ਦੋ ਮੱਠੀਆਂ ਗਰਮ ਕਰ ਲਿਆਈ ਬਸ ਬਦਾਲਾ ਤਾਂ ਨੀ ਲਾਉਣਾ ਬਦਾਣੇ ਨੂੰ ਉੱਥੇ ਮੇਰੇ ਬਾਪੂ ਦੀ ਫੈਕਟਰੀ ਲੱਗੀ ਆ ਜਾ ਤੁਰ ਜਾ ਆਜੋ ਜੀ ਆਜੋ ਬੈਠੋ ਆ ਬਈ ਕਿੱਧਰ ਮਾਰਿਆ ਚੱਕਰ ਸੰਥਿਆ ਨੌਰ ਨੂੰ ਐ ਹੋ ਗਿਆ ਵੀ ਗੱਲ ਬਣ ਗਈ ਹੁਣ ਪੈਸਾ ਸੰਤਾ ਜਿਵੇਂ ਕੋਈ ਧਨਾ ਜਾਵੇ ਸੇਠਾ ਦੇਖ ਆਪਣਾ ਹਿਸਾਬ ਕਿਤਾਬ ਕੀ ਆ ਬਈ ਕੀ ਕਿਹਾ ਓਏ ਨਾਮਾ ਦੱਸ ਯਾਰ ਕਿੰਨਾ ਤੇਰਾ ਦੇਣਾ ਹੈ ਦੋਵੇਂ ਨੌਕਰ ਵੀ ਮੁੰਡੇ ਕੋਲ ਆ ਕੇ ਵੀ ਅੱਜ ਪਹਿਲੀ ਵਾਰ ਸੰਤਾ ਪੈਸੇ ਦੇਣਾ ਹੈ ਨਾ ਬਈ ਗੱਲ ਪੱਕੀ ਆ ਦੇਣ ਆਇਆ ਕਿ ਪੁੱਛਣ ਆਇਆ ਅੱਗੇ ਵੀ ਮੇਰੇ ਯਾਰ ਤੂੰ ਬਹੁਤ ਮੇਰੇ ਨਾਲ ਗੱਲਾਂ ਕਰਕੇ ਤੁਰ ਜਾਂਦਾ ਮਜ਼ਾਕ ਕਰਕੇ ਸਹੁੰ ਦੇਵੀ ਦੀ ਮੈਂ ਬਹੁਤ ਔਖਾ ਦਵੇਗਾ ਵੀ ਕੁਛ ਉਹ ਤੈਨੂੰ ਕਹਿਣਾ ਯਾਰ ਰਕਮ ਦੇਣ ਆਇਆ ਮੈਂ ਤੂੰ ਦੇਖ ਹਿਸਾਬ ਲਾ ਯਾਰ ਮੁੰਡੇ ਨੇ ਨੌਕਰ ਦੇ ਰਾਹੀਂ ਬਹੀ ਮਗਾ ਸੰਤ ਸਿੰਘ ਪਿੰਡ ਥੰਮਣ ਵਾਲੇ ਦਾ ਖਾਤਾ ਜੋੜਿਆ ਜੋੜ ਲਾਇਆ ਸੰਤ ਦੀਆਂ ਅੱਖਾਂ ਦੇ ਦੇਲੇ ਹੋ ਗਏ ਬਾਹਰ ਕੁੱਲ ਜੋੜ 7,688 ਰੁਪਈਏ ਹੋ ਗਏ ਭਾਈ ਅੰਦਰਲੀ ਪੁਰਾਣੇ ਕੋਟ ਦਾ ਬਕਸੂਆ ਖੋਲ ਕੇ ਸੰਤ ਨੇ ਪੁਰਾਣੇ ਇੱਕ 10,000 ਦੀ ਗੁੱਥੀ ਫੇਰੀ ਐ ਕਰ ਇਹਦੇ ਚ 5 ਕੱਟ ਲਾ 5 ਦੇ ਦੇ ਮੈਨੂੰ ਪਹਿਲਾਂ ਮੈਨੂੰ ਐ ਦੱਸ ਸੰਤਾ ਸਿਆ ਮੇਰੇ ਯਾਰ ਇਹ ਕੁੱਤੀ ਕਿੱਥੋਂ ਡਿੱਗ ਪਈ ਕਿਸੇ ਦੀ ਜਾਂ ਠੱਗੀ ਮਾਰਨੀ ਕੋਈ ਇਹਨਾਂ ਦਿਨਾਂ ਚ ਬੰਦਾ ਪੈਸਾ ਮਾਰ ਕੇ ਬੰਦਾ ਮਰੇ ਤੇ ਪੈਸਾ ਨੀ ਮਿਲਦਾ ਤੂੰ ਐ ਕਰ 5,000 ਜਮਾ ਕਰ ਆਪਣਾ 5,000 ਲਿਖ ਕੇ 6,000 ਤੋਂ 1,800 ਉੱਪਰ ਲਿਖ ਕੇ 5,000 ਆਇਆ ਅੱਛਾ ਕੱਪੜਾ ਕੁੜਤੇ ਦਾ ਦਿਖਾ ਕੋਈ ਨਾਲੇ ਕਿਉਂ ਜਾ ਦਿਖਾਵਾ ਜੇ ਜਾ ਮਰਜ਼ੀ ਦਿਖਾ ਕੱਪੜੇ ਤਾਂ ਕੱਪੜਾ ਤਾਂ ਚੰਗਾ ਹੀ ਲੈਣਾ ਕਿਉਂ ਕਰ ਕੱਪੜਾ ਫਿਰ ਮੈਂ ਕਹਿੰਦਾ ਤੈਨੂੰ ਕੰਬਲ ਨਾ ਦੇ ਦੀਏ ਧਾਰੀਵਾਲ ਵਾਲਾ ਕੰਬਲ ਲੈ ਜਾ ਤੂੰ ਠੰਡ ਹੈ ਦੇਖੀ ਕਿਤੇ ਜਿਵੇਂ ਭੱਠੀ ਨਾ ਲੱਗ ਜੇ ਰਜਾਈ ਲੈਣ ਦੀ ਲੋੜ ਨੀ ਥੱਲੇ ਵਿਛਾ ਲਈ ਚਾਹੇ ਕੰਬਲ ਖੋਲ ਕੇ ਨੌਰ ਨੂੰ ਆਇਆ ਸੀ ਕੁੜਤੇ ਪਜਾਮੇ ਨੇ ਸੀਗਾ ਕੰਬਲ ਮੜ 500-400 ਸੰਤ ਨੇ ਪੱਟਾਂ ਤੇ ਕੰਬਲ ਲੈ ਲਿਆ ਕੰਬਲ ਨੇ ਨਿੱਕ ਦੇ ਤਾ ਪੱਟਾਂ ਜਦ ਉਹਨੇ ਪੈਸਾ ਪੁੱਛਿਆ 650 ਦਾ ਬਸ ਸੰਤ ਨੇ ਚੱਕ ਕੇ ਪੱਟਾਂ ਤੋਂ ਪਰਾਂ ਰੱਖ ਆਖੇ 6 ਲੈ ਲਾਂਗੇ ਅਸੀਂ ਤੂੰ ਐ ਕਰ ਸਾਫਾ ਦਿਖਾ ਦੇ ਕੋਈ ਸਾਫਾ ਕ ਪਗੜੀ ਜਾਂ ਦੁਪੱਟਾ ਸੰਤ ਨੇ ਸਿਰ ਵੱਲ ਹੱਥ ਕੀਤਾ ਪੱਗ ਦੇ ਦੇ ਰੂਪੀਆਂ ਜਾਂ ਬਲਬਲ ਉਹ ਸਿਰ ਤੇ ਬੰਨਣੀ ਆ ਜਿਹੜੀ ਮਰਜ਼ੀ ਹੋਵੇ ਰੂਬੀਆ ਦੇ ਉਹ ਮਲਮਲ ਨੂੰ ਮਾਵਾ ਲਵਾਉਣ ਦਾ ਜੱਬ ਰਹਿੰਦਾ ਉਹ ਮੁੰਡੂ ਇੱਧਰ ਆ ਜੀ ਬਾਰ ਭੱਜ ਕੇ ਆਇਆ ਚਾਹ ਨੀ ਆਈ ਸੰਤੇ ਨੇ ਦੇਖਿਆ ਚਾਹ ਵਾਲਾ ਵੀ ਆਉਂਦਾ ਪਹਿਲਾਂ ਮਾੜਾ ਜਿਹਾ ਬੱਟ ਤਾਂ ਲਈਏ ਕੁਛ ਨਾ 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 ਮਾਵਾ ਨੀ ਲਵਾਉਣਾ ਪੈਂਦਾ ਰੂਬੀਆ ਹੀ ਦਿੰਦਾ ਚਾਰ ਖਾਨਾ ਭਰਾ ਵਧੀਆ ਜਿਹਾ ਨਾਲ ਸਮੋਸਾ ਵੀ ਦੇ ਇੱਕ ਮੋਢੇ ਵਾਲਾ ਸਮੋਸਾ ਦੇ ਇੱਕ ਨਾਲ ਰੱਖਣ ਨੂੰ ਚਾਰ ਖਾਨਾ ਫੜਾ ਵਧੀਆ ਜਿਹਾ ਪੇੜ ਬੰਨਣ ਨੂੰ ਵੀ ਚੰਗਾ ਰਹਿੰਦਾ ਕਈ ਵਾਰ ਨੂੰ ਮੋਟਰ ਤੇ ਨਹਾਉਣਾ ਪੈਂਦਾ ਪੱਗ ਦੇ ਨਾਲ 2 ਮੀਟਰ ਉਹਨੇ ਸਮੋਸਾ ਲੈ ਲਿਆ ਮੁੰਡੇ ਦੇ ਸਾਲੇ ਦਾ ਵਿਆਹ ਅੱਛਾ ਅੱਛਾ ਧੰਨ ਪੱਗ ਲਾਟਾਂ ਵਾਲੀ ਦਾ ਧੰਨ ਪੱਗ ਆਉਣਗੇ ਕਰਨੈਲ ਆਊਗਾ ਨਾਲ ਉਹਦੇ ਘਰੋਂ ਆਊ ਨਾਲ ਸ਼ਾਇਦ ਸ਼ਾਇਦ ਕਰਨੈਲ ਦੀ ਮਾਂ ਵੀ ਆ ਜਾਵੇ ਕੱਪੜੇ ਦੇ ਦੀ ਤੇ ਨਾਲੇ ਰੇਟ ਦਾ ਖਿਆਲ ਕੀ ਰੇਟ ਅੱਗੇ ਤੈਨੂੰ ਵੱਧ ਲਾਇਆ ਰੇਟ ਆਪਣੀ ਦੁਕਾਨ ਦਾ ਸਾਰਿਆਂ ਤੋਂ ਘੱਟ ਹੁੰਦਾ ਰੋਗੂ ਸ਼ਾਹ ਚ ਸਾਰੇ ਦੇਖ ਲੈ ਬੇਸ਼ੱਕ ਆਪਾਂ ਸਭ ਤੋਂ ਨਹੀਂ ਮੈਂ ਕਹਿੰਦਾ ਆਉਣਗੀਆਂ ਉਹ 5,000 ਦੇ ਕੇ ਦਿਮਾਗ ਦੇ ਵਿੱਚ ਆਇਆ ਸੰਤ ਨੇ ਇਹਦਾ ਤਾਂ ਮੱਥਾ ਦੰਬ ਹੁਣ ਜਿੱਦਣ ਘਰੋਂ ਆਇਆ ਸੀ 10 ਰੁਪਈਏ ਸੀ ਹੁਣ 15,000 ਜੇਬ ਚ
ਲੰਘਣ ਲੱਗਿਆ ਬੱਸ ਅੱਡੇ ਨੂੰ, ਸ਼ਰਾਬ ਦਾ ਠੇਕਾ ਆ ਗਿਆ। ਚੱਲ ਅਧੀਆ ਤਾਂ ਲਈਏ ਅੱਜ, ਬਹੁਤ ਦਿਨ ਹੋ ਗਏ ਦਾਰੂ ਨੀ ਪੀਤੀ। ਆ ਦੇ ਅਧੀਆ ਜਿਹਾ ਯਾਰ, ਵਧੀਆ ਜਿਹਾ। ਵਧੀਆ ਕਿਹੜਾ ਹੁੰਦਾ ਜੀ, ਜਿਹੜਾ ਵੀ ਵਧੀਆ ਦੇ ਦੇ। ਆਹ ਡਬਲ ਸੰਤਰਾ ਵਧੀਆ ਆਈ ਆ ਜੀ, ਆ ਦੇ 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 ਅਧੀਆ ਕਿਹੜਾ। ਨੌਜਵਾਨ ਨੇ ਅਧੀਆ ਦੇ ਤਾ, ਅਧੀਆ ਜਿਹੜਾ ਡੱਬ ਚ ਦੇ ਲਿਆ ਸੰਤ ਦੇ। ਬੱਸ ਚੜ ਗਿਆ, ਉਤਰ ਕੇ ਘਰ ਨਹੀਂ ਗਿਆ, ਪਹਿਲਾਂ ਕਸਤੂਰੀ ਦੀ ਹੱਟੀ ਵੱਲ ਨੂੰ ਚਲ ਗਿਆ, ਕਰਿਆਨੇ ਵਾਲੇ ਦੀ। ਇਹਦਾ ਵੀ ਨਵੇੜੇ ਚੱਲੀਏ, ਐਵੇਂ ਭੈਣਾ ਗੇੜੇ ਮਾਰਦਾ ਰਹਿੰਦਾ। ਮੰਡੀ ਜਾ ਕੇ ਫੇਰ ਉਹਦੇ ਦਰਾਂ ਮੂਹਰੇ ਜਾ ਗਿਆ, ਮੂਹਰੇ ਬੈਠੇ ਕਸਤੂਰੀ ਨੇ ਦੇਖਿਆ, ਮੰਡੀ ਜਾ ਕੇ ਆਇਆ ਸਰਦਾਰ, ਆਹੋ ਕਸਤੂਰੀ ਲਾ ਲਾ ਕੰਮ ਜੇ ਸੀ, ਕਈ ਦਿਨ ਉੱਥੇ ਛਿਪ ਗਿਆ। ਕਸਤੂਰੀ ਕੀ ਲਿਆਂਦਾ ਮੰਡੀਓ, ਆਹਦਾ ਐਵੇਂ ਸਾਫ ਆਈ ਹੈ, ਬਾਕੀ ਰੂੜੀਆਂ ਪਤਾਸੇ ਨੇ ਜਵਾਕਾਂ ਖਤਰਾ ਭਰਨੇ ਚ ਬੰਨੇ ਹੋਏ ਨੇ। ਸੇਵਾ ਦੱਸ ਆਪਣਾ ਨਾਵਾਂ ਦੇਖ ਕਸਤੂਰੀ, ਨਾਵਾਂ ਉਦੋਂ ਪੁੱਛੀ ਜਾ ਹਿਸਾਬ ਕਿਤਾਬ ਕਰਨਾ ਸਰਦਾਰਾ, ਕਾਹਦੇ ਲਈ ਹਰ ਰੋਜ਼ ਜ਼ਖਮ ਚੇੜਦਾ, ਦਵਾਨੀ ਤਾਂ ਤੇਰੇ ਕੋਲ ਹੈ ਨਹੀਂ। ਨਹੀਂ ਨਹੀਂ, ਆ ਗਈ ਫਸਲ ਤੂੰ ਦੇਖ। ਦੁਬਾਰਾ ਉਹਨੇ ਬਹੀ ਕੱਢੀ, 30,000 ਤੋਂ ਉੱਤੇ ਨੇ ਕੁਛ ਰੁਪਈਏ, ਦੋ ਚਾਰ ਐਟਮਾਂ ਹਾਲੇ ਲਿਖਣ ਵਾਲੀਆਂ ਨੇ। ਸੰਤ ਨੇ ਮਨ ਚ ਬਹੁ ਬੜੀ ਨੂੰ ਗਾਲਾਂ ਕੱਢੀਆਂ, ਕੁਛ ਨਾ ਕੁਛ ਮੰਗਾਉਂਦੀਆਂ ਰਹਿੰਦੀਆਂ। ਜਵਾਕ ਭੇਜ ਕੇ ਲੱਗ ਜਾ ਇਹਨਾਂ ਦੇ ਬੇੜਾ ਬਹਿ ਜਾਏ, ਕੀ ਦੇਤਾ ਉਹ 6,000 ਦਾ ਤੂੰ 6 ਮਹੀਨਿਆਂ ਚ, ਦੇਸੀ ਘਿਓ ਘਰ ਦਾ ਦੁੱਧ ਘਰ ਦਾ ਤੂੰ ਕੀ ਵੇਚਤਾ ਉਹਨਾਂ ਨੂੰ 6,000 ਦਾ। ਸੰਤਾ ਕਾਇਮ ਹੋਇਆ ਖੜਾ ਸੀ, ਆਲੇ ਦੁਆਲੇ ਲੋਕ ਦੇਖਣ ਲੱਗੇ, ਸੁੱਖ ਲੜਾਈ ਦਾ ਟੱਬਰ ਹੈ ਸਰਦਾਰ ਦਾ, ਦੀਵਾਲੀ ਦੇ ਸੌਦੇ ਤੋਂ, ਦੀਵਾਲੀ ਤੋਂ ਸ਼ੁਰੂ ਹੋਇਆ ਹੋਇਆ ਸੌਦਾ ਇਹ। ਦੱਸ ਕੀ ਹੈ ਕਸਤੂਰੀ ਨੇ ਐਮਤਾ ਜਿਹੜੀਆਂ ਐਟਮਾਂ ਜੀ ਆਪਾਂ ਨੇ ਕੜਕੜ ਕੜਕੜ, ਉਹ ਚੱਲ ਵੰਡ ਫਾ ਯਾਰ, ਆ ਚੱਕ ਜਿਹੜਾ 5,000 ਬਚਦਾ ਸੀ ਉਹ ਉਹਨੂੰ ਫੜਾਤਾ, ਨਾਲੇ ਛਾਪਣ ਦੀ ਦੇ ਇੱਕ ਟਿੱਕੀ ਵਧੀਆ ਜੀ ਨਹਾਉਣ ਵਾਲੀ। ਸੰਤ ਨੇ ਖੜੇ ਹੋ ਗਿਆ, ਨੌਕਰ ਮੁੰਡੇ ਨੇ 3 ਕਿਸਮ ਦਾ ਸਾਬਣ ਲਿਆ ਕੇ ਦਿਖਾ ਦਿੱਤਾ, ਦੇਖ ਕਿਹੜੀ ਲੈਣੀ ਆ, 15, 20 ਤੇ 24 ਵਾਲੀ, ਸ਼ੌਂਕੇ ਦੇਖ ਲਾ ਤਿੰਨੇ ਹੀ। ਔਰ ਰਹਿਣ ਦੇ ਛੁੰਗਣ ਨੂੰ ਇਹਨੂੰ ਕੀ ਆ, ਪਿੰਡ ਦੀ ਮੈਲ ਲਾਉਣੀ, ਐ ਕਰ ਆ ਗੁਲਾਬੀ ਰੰਗ ਵਾਲੀ ਲੈ ਜਾ 24 ਰੁਪਈਏ ਵਾਲੀ, ਜਿਹਤੇ ਰੇਖਾ ਦੀ ਫੋਟੋ ਆ ਉੱਪਰ। ਇਹ ਕੌਣ ਆ ਬਈ, ਇਹ ਫਿਲਮਾਂ ਵਾਲੀਆਂ ਨੇ ਜਿਹੜੀਆਂ ਲੱਕ ਹਿਲਾਉਂਦੀਆਂ ਨੇ ਬੰਬੇ, ਇਹਨੂੰ ਰਹਿਣ ਦੇ, ਮੈਨੂੰ ਤਾਂ 15 ਵਾਲੀ ਉਹ ਦੇ ਦੇ, ਰੇਖਾ ਤੂੰ ਰੱਖ ਲੈ। ਸੰਤ ਅੱਜ ਥੋੜਾ ਜਿਹਾ ਕਾਇਮ ਸੀ, ਆਉਣ ਵੇਲੇ ਮਨ ਦੇ ਵਿੱਚ ਦਰੇਗ ਸੀ ਵੀ ਅੱਜ ਕੀਲੇ ਤੇ ਅੰਗੂਠਾ ਲਾ ਕੇ ਆਇਆ। ਵਰਦੀ ਸਾਰ ਬਾਹਰ ਦੀ ਬੈਠਕ ਚ ਪੈ ਗਏ, ਪਤਾ ਨਾ ਲੱਗਿਆ, ਖੋਜ ਦੇ ਕੇ ਬੈਠਕ ਚ ਖੋਲੀ ਤੇ ਮੰਜੇ ਤੋਂ ਉੱਠਿਆ, ਗਲਾਸ ਉੱਥੇ ਪਿਆ ਸੀ ਸਾਹਮਣੇ ਹੀ, ਨਲਕਾ ਸੀ, ਨਲਕੇ ਤੋਂ ਦੂਜਿਆਂ 2 ਗਲਾਸ ਭਰ ਕੇ ਲਿਆ, ਗਲ ਕਸਾ ਕਰਕੇ ਅੰਦਰ ਜਾਂ ਦਾਰੂ ਸਿੱਟੀ, ਦਾਰੂ ਪੀਤੀ ਨਹੀਂ, ਡੋਲੀ ਸੀ, ਮੰਜੇ ਤੇ ਪੈ ਗਿਆ, ਫੇਰ ਪੀਤੀ, ਫੇਰ ਤੁਰਦੀ ਫਿਰਦੀ ਦਿਆਲੂ ਆ ਗਈ। ਜਦ ਉਹਨੇ ਦੇਖਿਆ ਤੂੰ ਇੱਥੇ ਆਇਆ ਪਿਆ, ਮੈਂ ਤਾਂ ਡੀਕੀ ਜਾਂਦੀ ਆ, ਤੂੰ ਬਲਬ ਜਾ ਕੇ ਰੱਖਿਆ ਹੋਇਆ। ਦਿਆਲੇ ਦੇ ਨਾਲ ਇਤਨੇ ਜਵਾਕ ਆਮ ਰੱਖੜੇ, ਸਾਹਮਣੇ ਦੇਖਿਆ ਸੰਤ ਦੀ ਅੱਖਾਂ ਚ ਪਾਣੀ ਸੀ। ਇਹ ਕੀ ਤੂੰ ਰੋਨਾ, ਦਿਆਲੂ ਨੇ ਉਹਦੇ ਨੇੜੇ ਹੋ ਕੇ ਕਿਹਾ। ਜਵਾਕ ਹੈਰਾਨ ਸੀ, ਬੱਚਿਆਂ ਨੇ ਜਵਾਕਾਂ ਨੂੰ ਸੰਤ ਨੇ ਆਪਣਾ ਪਰਨੇ ਵਾਲੀ ਲੜ ਜਿਹੜਾ ਮੂਹਰੇ ਬੜਾਤਾ, ਉਹ ਤੇ ਗੱਚ ਕਰਿਊੜੀਆਂ ਦੇ ਲਿਫਾਫੇ ਸੀ, ਸਮੋਸੇ ਲੜੋਂ ਖੋਲ ਕੇ ਬੜੀ ਕੁੜੀ ਫਿਰ ਹੋ ਕੀ ਗਿਆ ਤੈਨੂੰ ਸਰਦਾਰ ਜੀ, ਤੂੰ ਰੋਨਾ ਕਿਉਂ ਹੈ? ਆ ਕਰਨਾਇਲ ਨੂੰ ਦੇ ਦੇ, ਮੰਗਦਾ ਸੀ ਵਿਆਹ ਨੂੰ ਜਾ ਕੇ ਮੰਡੀਓ ਕੱਪੜਾ ਲੱਤਾ ਲੈ ਆਇਓ, ਇੱਕ ਗੁੱਛੀ ਹੋਰ ਫੜਾ। ਤੂੰ ਰੋਨਾ ਕਿਉਂ ਹੈ? ਰੋਨਾ ਤਾਂ ਅੰਗੂਠਾ ਲਾ ਕੇ ਆਇਆ, ਅੰਗੂਠਾ ਲਾਇਆ ਕੀਲੇ ਤੇ ਤਾਂ ਰੋਨਾ, ਮਾਂ ਵੇਚ ਕੇ ਆਇਆ ਮੈਂ ਆਪਣੀ, ਅੱਜ ਮਾਂ ਜ਼ਿੰਦਗੀ ਚ ਪਹਿਲੀ ਵਾਰ ਹੋਇਆ ਅੰਗੂਠਾ ਵੇਖ, ਆ ਨੀਲੀ ਸ਼ਾਹੀ ਵੇਖ ਅੰਗੂਠੇ ਤੇ ਲਾਈ ਹੋਈ, ਤਾਂ ਰੋਨਾ। ਖੁਰ ਗਿਆ ਸਰਮਾਇਆ, ਹੁਣ ਨੀ ਬਚਦੇ, ਆਪਾਂ ਪੱਟੇ ਜਾਵਾਂਗੇ ਬਸ। ਪਰ ਕੋਈ ਨਾ, ਐਂ ਕਿਉਂ ਕਰਦਾ, ਆ ਨੀ ਗੱਲ ਕਰੀ ਦੀ ਹੁੰਦੀ, ਕੁਛ ਨੀ ਹੁੰਦਾ, ਕਾਇਮ ਰਹਿ, ਇਹ ਚ ਕਿਹੜੀ ਗੱਲ ਹੈ? ਇਹ ਲੱਗਦੇ ਆਏ ਅੰਗੂਠੇ ਤੇ ਅੰਗੂਠੇ ਬੁੱਝਦੇ ਵੀ ਆਏ, ਕੋਈ ਗੱਲ ਨੀ ਕਰ ਲਾਂਗੇ, ਤੂੰ ਫਿਕਰ ਨਾ ਕਰ। ਉਹੀ ਗੱਲ ਹੋਈ, ਮੁੰਡਾ ਵਿਆਹ ਚਲੇ ਗਿਆ। ਇੱਕ ਦਿਨ ਗੇਲੋ ਦੀ ਜਿਹੜੀ ਕੁੜੀ ਸੀ ਉਹਦੀ ਭਰਜਾਈ ਨਾਲ ਕਰਨੈਲ ਦੀ ਘਰੀ ਨਾਲ ਘਰ ਵਾਲੀ ਨਾਲ ਬੋਲ ਚੋਲ ਵੱਧ ਗਈ, ਦੋਨੇ ਲੜੀ ਪਰਾਂ ਨੂੰ ਹੋ ਕੇ। ਭਰਜਾਈ ਕਹਿੰਦੀ ਪਤਾ ਨੀ ਕਦ ਦਰਦ ਲੱਗੀ ਹੋਈ ਆ, ਕਾਦੇ ਦਾ ਫਾਹਾ ਵੱਢ, ਉਹ ਨਾਲ ਦੀਆਂ ਬਹਿਗੀਆਂ, ਇਹਨੂੰ ਕੋਈ ਵਿਆਹੁੰਦਾ ਵੀ? ਇੰਨੀ ਗੱਲ ਕੀਤੀ ਗੇਲੋ ਨੇ ਰੌਲਾ ਪਾਤਾ, ਰੋਣ ਲੱਗ ਗਈ ਕੁੜੀ ਤੇ ਮਾਂ ਨੂੰ ਜਾ ਕੇ ਕੋਲ ਕਹਿੰਦੀ, ਜਾਂ ਤਾਂ ਮੈਨੂੰ ਵਿਆਹ ਦਿਓ, ਨਹੀਂ ਮੈਂ ਨਹਿਰ ਚ ਜਾ ਕੇ ਡਿੱਗ ਪੈਣਾ। ਗੱਲ ਕੀ ਹੋਈ ਹੈ? ਬਸ ਮੈਂ ਨੀ ਰਹਿਣਾ, ਭਰਜਾਈ ਨੇ ਮੈਨੂੰ ਮਿਹੜਾ ਮਾਰਤਾ ਵੀ ਤੈਨੂੰ ਮੈਨੂੰ ਮੁੰਡਾ ਨੀ ਜੁੜਦਾ ਕੋਈ, ਮੇਰਾ ਕੀ ਕਸੂਰ ਹੈ? ਵਿਆਹੁਣੇ ਆ ਭਾਈ, ਵਿਆਹੁਣੇ ਆ,
ਮੈਨੂੰ ਨਹੀਂ ਪਤਾ ਜੇ ਜ਼ਮੀਨ ਗਹਿਣੇ ਰੱਖੋ ਮੈਨੂੰ ਕਿਹੜਾ ਘਰੋਂ ਤੁਰੋ ਮੇਰੇ ਨਾਲ ਦੀਆਂ ਜਵਾਕ ਜੰਮੀ ਬੈਠੀਆਂ ਮੈਨੂੰ ਅੱਜ ਫਲਾਣੀ ਨੇ ਭਰਜਾਈ ਨੇ ਗੱਲ ਕਹੀ ਕਿਵੇਂ ਮੈਂ ਨਹੀਂ ਬਚਣਾ ਜੇਲੋ ਨੇ ਕੁੜੀ ਨੇ ਰੌਲਾ ਪਾ ਲਿਆ ਮੈਨੂੰ ਨਾਂ ਲੈਂਦੀ ਆ ਕਦੇ ਕਿਸੇ ਦਾ ਨਾਂ ਲੈਂਦੀ ਆ ਕਦੇ ਕਿਸੇ ਦਾ ਨਾਂ ਲੈਂਦੀ ਵੱਡੀ ਰਾਤ ਤੱਕ ਦਿਆਲ ਉੱਤੇ ਸੰਤਾ ਫੇਰ ਬੈਠ ਹੁਣ ਕੀ ਕਰਾਂਗੇ ਸਰਦਾਰਾ ਕੀ ਕਰਨਾ ਧੀ ਤਾਂ ਦਰੋਂ ਤੋਰਨੀ ਪੈਣੀ ਹੈ ਧੀ ਤਾਂ ਦਰੋਂ ਤੋਰਨੀ ਪੈਣੀ ਹੈ ਦਊ ਕੌਣ ਨਾਮਾ ਕੀ ਕਰਾਂਗੇ ਹੁਣ ਲਾਣੇ ਨਾ ਮੰਡੀ ਹੋ ਜਾਣਾ ਪੈਣਾ ਮੰਡੀ ਵਾਲਾ ਤਾਂ ਨੇੜੇ ਨੀ ਆਉਣ ਦਿੰਦਾ ਉਹ ਤਾਂ ਵੱਢ ਨੂੰ ਪੈਂਦਾ ਪਹਿਲਾਂ ਕੀਲਾ ਲਿਖਾਈ ਬੈਠਾ ਢਾਈ ਲੱਖ ਕਰੀ ਬੈਠਾ ਮੈਂ ਉਹਦੇ ਕੋਲ ਮੰਡੀ ਨੂੰ ਕੀ ਜਾਊ ਛੇ ਕੀਲੇ ਜ਼ਮੀਨ ਦੇ ਨੇ ਤੂੰ ਦਿਆ ਲੋ ਸਮਝ ਤਾਂ ਸਹੀ ਕੋਈ ਪਰ ਸਰਦਾਰਾ ਹੁਣ ਕਰੀਏ ਕਿ ਦੋ ਮੁੰਡੇ ਵਿਆਹ ਤੇ ਧੀ ਨੀ ਤੋਰ ਨੀ ਦਰੋ ਸੰਤਾ ਖਿੱਚ ਕੇ ਕਹਿੰਦਾ ਸਾਗ ਸਕੀਰੀ ਵਾਲਾ ਵੀ ਨੀ ਸਾਲਾ ਕੋਈ ਮਲੰਗ ਹੈ ਜੇ ਸਾਰੇ ਵਿਛਿਆ ਸਾਲ ਛੇ ਮੀਲੋ ਹੱਥ ਤਾਰ ਦੇ ਆਪਣਾ ਤਾਂ ਅੱਗੇ ਬੇੜਾ ਫਿਰ ਕੀਮਤੀ ਲਾ ਲੇ ਬੰਨੇ ਲਾਊ ਜਾਂ ਉਹਦੇ ਕੋਲ ਤੜ ਕੀਮਤੀ ਜਮੀਨ ਮੰਗੂਗਾ ਜ਼ਮੀਨ ਮੰਗਦਾ ਭਾਈ ਜ਼ਮੀਨ ਦਿਓ ਫਿਰ ਧੀ ਤਾਂ ਤੋਰਨੀ ਹੈ ਆਪਾਂ ਕਿੱਥੋਂ ਖਾਵਾਂਗੇ ਆਪਾਂ ਲੋਕਾਂ ਦੀ ਵਾਹਾਂਗੇ ਪਹਿਲਾਂ ਮਕੰਦੇ ਸ਼ਿੰਬੇ ਦੀ ਬਹੁਨੇ ਆ ਜੋਰੇ ਦੀ ਬਹੁਨੇ ਆ ਹੋਰ ਲੈ ਲਓ ਪੰਜ ਸੱਤ ਕਿੱਲੇ ਹੋਰ ਕੀ ਕਰਨਾ ਹੈ ਮਕੰਦੇ ਦੀ ਜ਼ਮੀਨ ਚੋਂ ਕੱਖ ਨੀ ਹੈ ਜਿੰਨੀਆਂ ਠੇਕੇ ਤੇ ਲਈਆਂ ਹਰ ਸਾਲ ਘਾਟਾ ਪੈਂਦਾ ਪਰ ਕੁਛ ਵੀ ਹੋਵੇ ਸਰਦਾਰ ਜੀ ਧੀ ਤਾਂ ਤੋਰਨੀ ਹੈ ਜਦ ਦਿਆਲੋ ਸਰਦਾਰ ਜੀ ਕਹਿੰਦੀ ਸੰਤਾ ਜਿਹੜਾ ਗੁਣੇ ਚ ਪੈ ਜਾਂਦਾ ਦੂਜੇ ਦਿਨ ਸਵੇਰੇ ਸਾਜਰੇ ਚਾਹ ਦੇ ਨਾਲ ਦਿਆਲੋ ਨੇ ਫੇਰ ਟੈਮ ਕਰਤਾ ਸਰੀਰ ਟੈਂਪੂ ਚੜਿਆ ਸਿੱਧਾ ਕੀਮਤੀ ਲਾਲ ਦੇ ਆ ਵੀ ਸੰਤਾ ਸਿਆ ਕਿਵੇਂ ਦੱਸ ਦਿੱਤੋ ਤੜਕੇ ਤੜਕੇ ਕੀਮਤੀ ਲਾਲ ਉਹੀ ਗੱਦੀ ਉਹੀ ਕੰਬਲ ਉਹੀ ਹੁੱਕਾ ਸਿਰ ਤੇ ਟੋਪੀ ਗਲ ਚ ਮਫਲ ਜਾਣੀ ਐ ਲੱਗੇ ਸੰਤ ਨੂੰ ਵੀ ਇਹਨੂੰ ਮੈਂ ਪੁੱਠਾ ਕਰਕੇ ਉਹਨਾਂ ਨੂੰ ਹੁੱਕੇ ਦੀ ਚਿਲਮ ਚ ਟਗਾ ਦਵਾਂ ਕਰਿਆਣ ਨੇ ਢਾਈ ਲੱਖ ਤੇ ਲਿਖੀ ਫਿਰਦਾ ਇੱਕ ਕੀਲਾ ਲਈ ਬੈਠਾ ਕੀ ਕਰੀਏ ਕੀਮਤੀ ਲਾਲ ਦੇਣਾ ਆ ਚੜੇ ਉੱਪਰ ਕਾਹਦੇ ਵਿਆਹ ਕੁੜੀ ਦਾ ਯਾਦ ਨੀ ਤੈਨੂੰ ਦੱਸ ਕਿਹਦਾ ਗਿਆ ਸੀ ਅੱਛਾ ਅੱਛਾ ਕਾ ਟੁੱਕਣੀਆਂ ਬਜਾਏ ਇੱਥੋਂ ਜੰਗੀਆਂ ਨੇ ਆ ਭਦੌੜ ਦੇ ਕੋਲੋਂ ਅੱਛਾ ਫਿਰ ਹੁਣ ਕੋਈ ਬੰਨ ਸੁੱਭ ਕਰ ਹਾਲੇ ਤੀਕ ਹੋਇਆ ਨੀ ਕੋਈ ਇੰਤਜ਼ਾਮ ਤੇਰੇ ਬਗੈਰ ਸਾਡਾ ਕੌਣ ਆ ਜੇਠਾ ਇੱਥੋਂ ਹੀ ਤੈਨੂੰ ਹੀ ਕਰਨਾ ਪੈਣਾ ਸੰਤਾ ਸਿਆ ਕੀ ਕਰੀਏ ਹੁਣ ਤੇਰੇ ਜਿੰਮੇ ਭਾਈ ਰਕਮ ਪਹਿਲਾਂ ਬਹੁਤ ਆ ਇੰਨਾ ਤੂੰ ਕਿੱਥੋਂ ਮੋੜੇਗਾ ਜਾਂ ਫਿਰ ਜ਼ਮੀਨ ਤੈਨੂੰ ਗਹਿਣੇ ਕਰੂ ਦੋ ਕਿੱਲੇ ਨਾਲ ਸਰਜੂ ਢਾਈ ਲੱਖ ਤੋਂ ਉੱਤੋਂ ਤਾਂ ਪਹਿਲਾਂ ਵਿਆਹ ਨੂੰ ਕਿੰਨਾ ਮੰਗਦਾ ਹਾਲਤ ਤਾਂ ਕੋਈ ਟੂਮ ਵੀ ਨੀ ਬਣਾਈ ਨਾ ਕੱਪੜਾ ਲੀਦਾ ਕੋਈ ਖਰੀਦਿਆ ਫਿਰ ਸਿੱਧਾ ਪੱਤਾ ਹੋਰ ਛੋਟੇ ਖਰਚਣੇ ਲੱਖ ਤਾਂ ਚਾਹੀਦਾ ਫਿਰ ਕਿੰਨਾ ਹੋ ਗਿਆ ਦੇਖ ਲਾ ਪਹਿਲੇ ਇੱਕ ਕਿੱਲੇ ਤੇ 20,000 ਹੈ ਜੇ 1,00,000 ਹੋਰ ਲੈਣਾ ਤਾਂ ਕੁੱਲ ਮਿਲਾ ਕੇ 5 ਕਿੱਲੇ ਭਾਈ ਦੇਣੇ ਪੈਣੇ ਨੇ 3.5-4 ਲੱਖ ਰਕਮ ਹੋ ਗਈ 6 ਕਿੱਲੇ ਤਾਂ ਲਾਲਾ ਜੀ ਜ਼ਮੀਨ ਆ ਟੋਟਲ ਮੈਂ ਤਾਂ ਤੈਨੂੰ 12 ਕਹਿਣਾ 12 ਨੀ 6 ਉਹਦੀ ਭਾਈ ਦੀ ਹੈ ਉਹ ਭਾਈ ਕੋਲ ਤਾਂ ਅੱਗ ਲਾਈ ਨੀ ਲੱਗਦੀ ਤਾਂ ਹੀ ਤਾਂ ਕਹਿਣਾ ਅੱਗ ਲਾਈ ਨੀ ਲੱਗਦੀ ਤਾਂ ਹੀ ਤਾਂ ਤੇਰੇ ਮੂਹਰੇ ਬੈਠਾ ਦੀਵਾਨੀ ਨੀ ਮੈਨੂੰ ਦਿੰਦਾ ਤਾਂ ਹੀ ਤਾਂ ਤੇਰੇ ਮੂਹਰੇ ਹੱਥ ਜੋੜੀ ਬੈਠਾ ਚੰਗਾ ਗੱਲ ਸੁਣਾ ਜਾ ਬਹਿ ਜਾ ਗੱਦੀ ਤੇ ਕੋਲ ਹੋ ਕੇ ਆ ਜਾ ਨੇੜੇ ਆ ਜਾ ਤੂੰ ਮੇਰੇ ਕੋਲ ਤੈਨੂੰ ਇੱਕ ਨਵੀਂ ਸਕੀਮ ਦੱਸਦਾ ਸਰਕਾਰ ਹੁੱਕਾ ਪਰਾਂ ਨੂੰ ਕਰਕੇ ਕੰਨ ਕੋਲ ਕਸਤੂਰੀ ਨੇ ਮੂੰਹ ਘੁਮਾ ਲਿਆ ਤੈਨੂੰ ਟਰੈਕ ਚਲਾਇਆ ਥੰਨਿਆ ਟਰੈਕਟਰ ਉਹ ਟਰੈਕਟਰ ਮੈਂ ਕੀ ਕਰਨਾ ਟਰੈਕਟਰ ਲਾਲਾ ਮੈਂ ਤਾਂ 6 ਕਿੱਲੇ ਨੇ 6 ਚੋਂ 1 ਕਿੱਲਾ ਦੇਈ ਬੈਠਾ ਉਹ ਪੂਰੀ ਹੋ ਗਈ ਹੈ ਕਿੱਲੇ ਦੀ ਤੂੰ ਹੋਰ ਮੰਗਦਾ 4 ਕਿੱਲੇ ਚ ਮੈਂ ਟਰੈਕਟ ਫੂਕਣਾ ਉੱਠੇ ਤੇ ਤਾਰੂ ਉਹ ਨਹੀਂ ਨਹੀਂ ਉਹ ਕਮਲਿਆ ਜੱਟਾ ਗੱਲ ਤਾਂ ਸੁਣ ਟਰੈਕਟ ਤੇ ਤੂੰ ਲੈ ਦੇਣਾ ਦੂਜੇ ਦਿਨ ਵੇਚ ਆਉਣਾ ਮੰਡੀ ਤੇ ਨਾ ਰਕਮ ਤੇਰੀ ਅੱਛਾ ਜੀ ਐ ਕਿਵੇਂ ਮਿਲਜੂ ਮਿਲ ਜਾਂਦਾ 4 ਕਿੱਲਿਆਂ ਤੇ ਟਰੈਕਟ ਦੇਈ ਜਾਂਦੇ ਨੇ ਹੁਣ ਬੈਂਕਾਂ ਨੇ ਫਾਟਾ ਖੋਲੇ ਪਏ ਨੇ ਇਹ ਵੀ ਕਿਵੇਂ ਸਰਕਾਰ ਕਹਿੰਦੀ ਹੈ ਸਰਕਾਰ ਕਹਿੰਦੀ ਹੈ ਖੇਤੀ ਵਧੀਆ ਹੋਊ ਇਕੱਲੇ ਪੰਜਾਬ ਚ ਟਰੈਕਟਰਾਂ ਨੂੰ ਐ ਮਿਲਦੇ ਨੇ ਲੋਨ ਅੱਛਾ ਜੀ ਫਿਰ ਤਾਂ ਐ ਕਰ ਲੈਂਦੇ ਆ ਤਾਂ ਫਿਰ ਬਹੁਤ ਸੌਖ ਹੋ ਗਈ ਨਾਲੇ ਮੇਰੀ ਜ਼ਮੀਨ ਵੀ ਰਹਿ ਜੂ ਹਾਂ ਜ਼ਮੀਨ ਵੇਚਣੀ ਨੀ ਪੈਣੀ ਜ਼ਮੀਨ ਲਿਖਾਉਣੀ ਆ ਬਸ ਬਸ ਅੱਛਾ ਜੀ ਕੀ ਚਾਹੀਦਾ ਫਿਰ ਬਸ ਜਮਾਬੰਦੀ ਲਿਆ ਤੀਜੇ ਚੌਥੇ ਦਿਨ ਸੰਤਾ ਜਮਾਬੰਦੀ ਲੈ ਗਿਆ ਜਿਹਨਾਂ ਨਾਲ ਕੀਮਤੀ ਲਾਲ ਦੇ ਮੁੰਡੇ ਨੇ ਨਾਲ ਰਲ ਕੇ ਜਿਵੇਂ ਆਮ ਜੱਟਾਂ ਦਾ ਕਰਨ ਲੱਗਿਆ ਸੀ ਕੀਮਤੀ ਲਾਲ ਕੀਮਤੀ ਲਾਲ ਵਿੱਚੋਂ 30,000-40,000 ਰੁਪਇਆ ਰੱਖ ਦਿੰਦਾ ਤਹਿਸੀਲਦਾਰ ਤੇ ਉਸ ਤੋਂ ਬਿਨਾਂ ਪਟਵਾਰੀ ਮੁੰਡੇ ਦਾ ਬੈਂਕ ਦੇ ਮੈਨੇਜਰ ਤੋਂ ਸੁਣ ਲਾ 40-50,000 ਖਰਚਾ ਆਉਣਾ ਇਹਦੇ ਤੇ ਤੈਨੂੰ ਮਿਲਣਾ 2.5 ਲੱਖ 2.5 ਲੱਖ ਤੋਂ 50,000 ਉੱਪਰਲਾ ਖਰਚਾ ਹੋ ਜਾਣਾ ਜਿਹੜਾ ਮੁਨਸੀ ਮਸੰਦਿਆਂ ਨੂੰ ਦੇਣਾ
लख मेरा ला जी लख कुड़ी दे ब्याह नूं लै नाले मेरा ही रकम 1.5 लाख रह जू ते लख तैनू मिल जू ट्रैक डापा लिया के जदे ही बेच देना बस 2,40,000 का ड्राफ्ट लैके जाके जद एजेंसी दिता तां नाल ही कीमती लाल दा मुंडा कीमती भी नाल तां ट्रैक्टर उत्थों तोर लिया ट्रैक्टर जद तोर के दूजे दिन बरनाले वाली मंडी सी 2,10,000 का बेचता 2,10,000 दे विचों 40,000 रुपया जिहड़ा ਉਹ ਕੀਮਤੀ ਲਾਲ ਤੇ ਉਹਦਾ ਮੁੰਡਾ ਲੈ ਗਏ 1,70,000 ਰਹਿ ਗਿਆ ਇਉਂ ਕਰ ਲੱਖ ਹੈ ਜਿਹੜਾ ਉਹ ਮੈਨੂੰ ਦੇ ਜਾ 70,000 ਨਾਲ ਤੂੰ ਸਾਰ 70,000 ਲੈ ਕੇ ਗਿੱਲ ਉਹਦਾ ਜਦ ਵਿਆਹ ਕਰਤਾ ਘਰੇ ਹੂੰਝ ਕੇ ਲੈ ਗਿਆ ਲੈ ਕੱਪੜਾ ਲੀੜਾ ਸੰਤੇ ਸਿਹਦੇ ਪਰਿਵਾਰ 2-3 ਸਾਲ ਦਾ ਹਿਸਾਬ ਕਿਤਾਬ ਹੋ ਗਿਆ ਹਲਵਾਈ ਮੰਡੀਓਂ ਲਿਆਂਦਾ ਸੀ ਜੋ ਮੰਗਾਈ ਜਾਂਦਾ ਕਸਤੂਰੀ ਭੇਜੀ ਜਾਂਦਾ ਉਧਰੋਂ 70,000 ਉਹ ਗਿਆ 1.5 ਲੱਖ ਕਸਤੂਰੀ ਦਾ ਪਿਆ ਤੇ ਨਾਲ ਹੀ ਕੀਮਤੀ ਲਾਲ ਦਾ ਪਿਆ ਪਿੰਡ ਵਾਲੇ ਕਰਿਆਨੇ ਤੋਂ 30,000 ਦਾ ਸਮਾਨ ਆ ਗਿਆ 30,000 ਦਾ ਕੱਪੜਾ ਆ ਗਿਆ ਬੈਂਕ ਵਾਲਿਆਂ ਦੀ ਪਹਿਲੀ ਕਿਸ਼ਤ ਆ ਗਈ ਅੰਦਰ ਆ ਕੇ ਕਲਰਕ ਨੇ ਝਾਕਿਆ ਨਿਗਾਹ ਮਾਰੀ ਸੰਤ ਸਿੰਘ ਜੀ ਹਾਂਜੀ ਟਰੈਕਟਰ ਕਿੱਥੇ ਹੈ ਪੈਲਸਾ ਜੀ ਸੱਚੀ ਦੱਸਾਂ ਘਰੇ ਹੀ ਨੀ ਆਇਆ ਕੰਪਨੀ ਤੋਂ ਸਿੱਧਾ ਮੰਡੀ ਪਹੁੰਚ ਗਿਆ ਤੂੰ ਹੁਣ ਆਪ ਹੀ ਸੋਚ ਲੈ ਸਾਰੀ ਕਹਾਣੀ ਬੈਂਕ ਕਰਮਚਾਰੀ ਖੁਦ ਜੱਟਾਂ ਦਾ ਮੁੰਡਾ ਸੀ ਉਹਨੇ ਸੰਤ ਦੇ ਚਿਹਰੇ ਵੱਲ ਦੇਖਿਆ ਉਹਨੂੰ ਪਤਾ ਲੱਗ ਗਿਆ ਵੀ ਹੁਣ ਗੱਲ ਕਹੀ ਐ ਕਰ ਰੱਬ ਘੁੱਟ ਕਰਕੇ ਆਹ ਕਿਸ਼ਤ ਸਾਰ ਲਾ ਆਹ ਫੜ ਤੂੰ ਚਾਹ ਪਾਣੀ 500 ਰੁਪਏ ਦਾ ਜੱਟ ਦੇ ਮੁੰਡੇ ਦੇ ਹੱਥ ਚ ਰੱਖਿਆ ਨਾ ਨਾ ਬਜ਼ੁਰਗੋ ਕੁਛ ਨੀ ਚਾਹੀਦਾ ਮੈਂ ਊਂ ਕਹਿ ਦੂੰ ਐਤਕੀ ਫਸਲ ਖਰਾਬ ਹੋ ਗਈ ਅਗਲੀ ਵਾਰ ਕਿਸ਼ਤ ਦੇ ਦਿਆਂਗੇ ਖੇਤੀ ਵਾਲਾ ਘਰ ਦੂਜੇ ਮਹੀਨੇ ਮੱਝ ਮਰ ਗਈ ਮੱਝ ਕਾਹਦੀ ਮਰੀ ਜਿਹੜਾ ਕੁਛ ਖੇਤੀ ਦੇ 4 ਪੈਸੇ ਆ ਕੇ ਮੱਝ ਲੈ ਕੇ ਆਉਂਦੀ ਤੇ ਅਗਲੇ ਸਾਲ ਗੇਲੋ ਦੇ ਮੁੰਡਾ ਹੋ ਗਿਆ ਸ਼ੂਸ਼ਕ ਕਰਤਾ ਤੀਜਾ ਵੱਡਾ ਖਰਚ ਬੜੀ ਘਰ ਬਹੂ ਦੀ ਪੇਟ ਚ ਰਸੋਲੀ ਆ ਗਈ 3 ਫਸਲਾਂ ਜਿਹੜੀਆਂ 3 ਕੰਮਾਂ ਚ ਚਲੇ ਗਈਆਂ ਇੱਕ ਮੱਝ ਚ ਚਲੇ ਗਈ ਇੱਕ ਦੋਤੇ ਚਲੇ ਗਈ ਬੜੀ ਕੁੜੀ ਦੇ ਬੜੀ ਨੂੰਹ ਦੇ ਰਸੋਲੀ ਹੋ ਗਈ 3 ਪਾਸੇ ਲੱਗ ਗਈ 3 ਖਿਸ਼ਤਾਂ ਟਰੱਕ ਟਰੈਕਟਰ ਦੀਆਂ ਹੋ ਗਈਆਂ ਉਧਰੋਂ ਕਸਤੂਰੀ ਲਾਲ ਦੀ ਤੇ ਨੌਰੀਏ ਦੀ ਉਹਨਾਂ ਦਾ ਪੈਸਾ ਨਾ ਮੁੜਿਆ ਇੱਕ ਦਿਨ ਸਵੇਰੇ ਸਵੇਰੇ ਨੌਰ ਚੰਦ ਨੇ ਲੌੜਾ ਮਾਰਿਆ ਦਰਾਂ ਮੂਹਰੇ ਆ ਕੇ ਬਹਿ ਗਿਆ ਉਹਦੀ ਲੰਘ ਜਾਂਦੇ ਉਹ ਲੋਕੋ ਗੱਲ ਸੁਣੋ ਭਾਈ ਗੱਲ ਸੁਣੋ ਉਹ ਕਿਉਂ ਤੂੰ ਰੌਲਾ ਪਾਇਆ ਨੌਰ ਚੰਦ ਸਵੇਰੇ ਲੰਘ ਜਾ ਆਹ ਮੈਨੂੰ ਜਿਹੜਾ ਸਰਦਾਰ ਅੰਦਰ ਬੈਠਾ ਸਰਦਾਰ ਸੰਤ ਸਿੰਘ ਮੇਰੇ 5 ਸਾਲ ਦੇ ਭਾਈ ਪੈਸੇ ਨੀ ਜਾਂਦੀ ਕੁੜੀ ਵਿਆਹੀ ਇਹਨੇ ਮੇਰੇ ਪੈਸੇ ਨੀ ਦਿੱਤੇ ਘਰ ਮੂਹਰੇ ਲਿਟਣ ਲੱਗ ਗਿਆ ਸੰਤਾ ਸਿੰਘ ਦੀ ਬਰਬਾਦੀ ਆਉ ਗਿਆ ਹਰ ਤੇਰੀ ਕਹਿ ਕੇ ਜਦ ਨਾ ਕਹੀ ਚੱਕੀ ਤਾਂ ਦਿਆਲੋ ਨੇ ਜਾ ਕੇ ਖੋਲ ਆ ਕੀ ਕਰਦਾ ਉਹ ਪਾਣੀਆਂ ਦਰਾਂ ਦੇ ਬੈਠਾ ਮੇਰੀ ਮਿੱਟੀ ਕਰੀ ਜਾਂਦਾ ਤੂੰ ਕਹਿੰਦੀ ਹੈ ਸਰਦਾਰ ਜੀ ਉਹਦੇ ਦੇਣੇ ਨੇ ਤਾਂ ਖੜੇ ਨੇ ਫਿਰ ਇਹਨੂੰ ਉਠਾ ਮੇਰੇ ਤਾਂ ਦਰਾਂ ਮੂਹਰੇ ਸ਼ਰੀਕੇ ਲੰਘਦੇ ਨੇ ਮੇਰਾ ਤਾਂ ਬੁਰਾ ਹਾਲ ਹੋ ਜੂ ਜਾ ਕੇ ਦਿਆਲੋ ਨੇ ਕਿਹਾ ਨਰ ਚੰਦ ਜੀ ਆ ਜਾਓ ਅੰਦਰ ਆ ਜਾਓ ਚਾਹ ਪੀ ਜਾਓ ਤੁਹਾਡੇ ਪੈਸੇ ਪਹੁੰਚਦੇ ਕਰਾਂ ਗੁਆਂਢਾਂ ਦਾ ਇਕੱਠ ਹੋ ਗਿਆ ਇਉਂ ਕਿਤੇ ਹਿਸਾਬ ਨਿਬੜਦਾ ਤੂੰ ਤਾਂ ਇਉਂ ਕਹਿੰਦੀ ਹੈ ਮੈਂ ਨੀ ਪੀਣੀ ਚਾਹ ਚੂ ਮੇਰੇ ਪੈਸੇ ਕਰੋ ਪਹੁੰਚਦੇ ਅੰਦਰ ਵਾੜ ਕੇ ਜਦ ਅੰਦਰ ਬੈਠਾ ਤਾਂ ਦਿਆਲੋ ਨੇ ਸਿਰ ਤੋਂ ਚੁੰਨੀ ਲਾ ਕੇ ਸ਼ਾਹੂਕਾਰ ਦੇ ਪੈਰਾਂ ਤੇ ਰੱਖ ਸੰਤੇ ਨੇ ਦਰੂਰੋਂ ਖੜ ਕੇ ਕਿਹਾ ਜਿਵੇਂ ਸੰਤੇ ਦੀ ਮੌਤ ਹੋ ਗਈ ਹੋ ਨੌਰਾ ਇੱਕ ਵਾਰ ਤਾਂ ਮੁੜ ਗਿਆ ਬਾਹਰ ਨਿਕਲ ਕੇ ਸੰਤ ਨੇ ਲੋਕ ਇਕੱਠੇ ਤੇ ਥੁੱਕ ਕੇ ਜਿਹਾ ਕਰਿਆਰ ਸਾਲਾ ਭਾਲਦਾ ਨੋਟ ਅੰਦਰ ਵੜ ਕੇ ਦਿੱਤੇ ਨੇ ਨੋਟ ਸਾਲੇ ਨੂੰ ਜਾ ਤਾਂ ਆਵੇ ਮੁੜ ਕੇ ਹੁਣ ਤਲਿਆ ਅਸੀਂ ਮਲਾਂਡਾ ਤੂੰ ਦਰਾਂ ਮੂਹਰੇ ਬਹਿਣਾ ਹਿਸਾਬ ਕਿਤਾਬ ਦੇਣਾ ਹੀ ਤੈਨੂੰ ਦੇਤਾ ਅੰਦਰ ਵਾੜ ਕੇ ਦਿੱਤੇ ਨੇ ਕਿਉਂ ਬਈ ਮਗਰਾ ਐਵੋ ਹੁੰਦਾ ਆ ਕਹਾਣੀ ਪਰ ਪਹਿਲਾਂ ਤਾਂ ਸੰਤਿਆ ਬਾਹਰ ਬੈਠਾ ਸੀ ਬਾਹਰ ਬੈਠਾ ਉਹ ਸਾਲਾ ਜਲੂਸ ਕੱਢਦਾ ਸੀ ਅੰਦਰੋਂ ਪੇਟੀ ਚੋਂ ਕੱਢ ਕੇ ਰਕਮ ਦਿੱਤੀ ਆ ਦਿਆਲੋ ਨੇ ਸਾਲਾ ਬੋਲ ਕੇ ਦਿਖਾਵੇ ਹੁਣ ਜਦ ਨੂੰ ਉਹ ਨਿਬੜਿਆ ਤੀਜੇ ਦਿਨ ਬੈਂਕ ਵਾਲੇ ਤਕਾਵੀਆਂ ਲੈ ਕੇ ਆ ਗਏ ਬੈਂਕ ਮੈਨੇਜਰ ਬਹੁਤ ਕਰੜਾ ਸੀ ਐਨ ਕੈੜੀ ਦਾੜੀ ਬੰਨੀ ਹੋਈ ਮੁੱਛਾਂ ਚੱਕਵੀਆਂ ਪਿੰਡ ਦੀ ਪੰਚਾਇਤ ਦੇ ਵਿੱਚ ਚੌਂਕੀਦਾਰ ਨੂੰ ਕਹਿ ਕੇ ਸੰਤੇ ਨੂੰ ਸੱਦ ਲਿਆ ਮੈਨੇਜਰ ਸਾਹਿਬ ਮਹਾਰਾਜ ਤੂੰ ਹੀ ਸੰਤਾ ਸਿੰਘ ਪੁੱਤਰ ਦਰਬਾਰਾ ਸਿਓ ਹੈ ਹਾਂਜੀ ਹਾਂ ਮੈਂ ਹੀ ਹਾਂ ਜੀ ਟਰੈਕਟਰ ਦਾ ਕਰਜ਼ਾ ਤੂੰ ਹੀ ਲਿਆ ਹਾਂ ਮਾਪਿਓ ਮੈਂ ਲਿਆ ਜੀ ਕਿੰਨਾ ਲਿਆ 2,40,000 ਕਿੰਨਾ ਚਿਰ ਹੋ ਗਿਆ ਜੀ 2.5 ਸਾਲ ਹੋ ਗਏ ਪੈਸਾ ਤੇਰੇ ਪਿਓ ਦਾ ਮਲੰਗਾ ਤੀਜੀ ਕਿਸ਼ਤ ਹੋ ਗਈ ਤੂੰ
बंदे साडे मोड़ी जाना है तेरिया बन के मुश्क है तेनू थाने ले जाना अच वो मारे ऐतकी मैस मर गई सी जी नवी मैस लै दी सी उधरों बहू बहू दे रसौली हो गई सी उधरों मेरे दोता हो गया सी मैं था जी बहुत औखा हो गया ते तू क्यों ना मर गया मैस नाल ही मैनू सारा वक्त पा है तू उपरों डंडा खड़कदा नित सानू उपरों अफसर कहंदे ने बन के ले जाऊं इथों ना जी आज जा थोड़ा लेना देना जी देना हक साडा बनदा जी मैं बंदोबस्त करदा जी संत ने बैंक मैनेजर दे गल्लां करदे करदे गोडियां ते हथ रख गल सुन ला एक मैं भी जट दा पुत है सरदास यानी कोई दस दिनां दे अंदर तिन्ने किश्तां कट्ठियां कर दिंदे डंडा आ मेरे कोल आ खड़े ने पिछे मुलाजम बन के ले जावांगे पिंड चो जद उठ खड़िया संता तुरिया जावे जे नेड़े खड़े सी बंदे धौलदारिया हो गए गोडी हाथ लाए शर्म तो नहीं आई तेनू शरीक ने कहा इदो तो यार बंदा ही मर जाए दूजे ने कहा जद मोड़ मुड़ गया पहला दूजे पासे बंदे खड़े सी उन्होंने पता नहीं सी की होया साले होए ने बन के ले जान दे संते नूं लै जाणगे बन के मैं तो अग ला के फूक दिया इन्नी जायदाद मैं की करनी है मंगल तो लै आऊं बड़े भाई तो ऐ कितने साले बन के लै जाणगे खेल पई है बन संते नूं बन के ले जाना की गल हो गई संते आ ब्लेजर ती मारदा ती पाडियां आखे मैं बन के लै जू मैं लै जो बन के लै जू साला बन के सारी रात संता सुता ना मुंडिया के सिर ते वजन कोई नहीं सी दयालो नूं पता सी बैठक च की हुंदा है सवेरे बिना किसी नूं दसे संते ने सिर ते बटियां वाली पग बन्नी एक झोला चक लिया झोला खाद आले बोरे का बनाया होया सी बठिंडे वाली सड़क लंघ के अलवेल दे शैलर कोल टैंपू चलदा चलदा जिहड़ा पर रोकी 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 तुरे जांदे टैंपू नूं रोक के छाल मार के पिछे चल गया मंडी उतर गया ना संत नूं अज पता सी उह मंडी करदा की फिरदा है की लैण आया मंडी पर जिथे भी खड़दा मैनेजर की गल याद आई बन के ले जाऊं पिंडों याद रखी मैं भी जट का पुत है तीन किश्तां टुटियां मुश्कां बन के ले जाऊंगा खड़े ने मुलाजम तुरे धौलदारी इन्हें पैरी हथ लाया वधिया होया बई दरवाजा मुड़ के जाएगा लै संते नूं लै जाणगे बन के लै जाणगे संते नूं बन के मैं तां कढ दूं धूं सारिआं दी संत इउं ही बोलदा फिरी परले बन्ने चाह दी दुकान ते गया चिट्टा चाह दे बई एक गिलास नाले डबल रोटी दे उन्हें चाह दी गिलास सवेर दा भुखा सी डबल रोटी चूर के पाली चमचा दे एक किना नाले नाले डबल रोटी खा ली पर दिमाग दे विच कुछ ना कुछ चलदा उत्थों स्टेशन ते आ गया स्टेशन ते डब्बे स्टेशन दे बेंच ते बैठा मूहरों गड्डी तेज लंघ रही सी हर डब्बे नाल दिमाग च कोई गल आ रही मैं तां लै जू बन के तू की समझदा तीन किश्तां दित्तियां होईआं मुश्कां बन के लै जाऊं पिंड च तू के जे ना जावे उत्थों पता नहीं तुरना आया ते तुरदा तुरदा बस आले अड्डे नूं जांदा ते दवाइयां आली दुकान ते जाके खड़ गया जांदे होए दुकान ते कहिंदा मल्ला जिहड़ी ओह कणक च ढोल पाउण आली दवाई हुंदी आ ओह देई किरां असली है हां जी असली है सरदार जी असली ना होई तां मोड़ जो चल मोड़ांगे तां देखांगे खीसे दे विच सलफास दी डब्बी पा ली द्वारा अड्डे ते आ गया रौला पा पिया होया कोई उत्थे केले छलियां बेचे कोई मूंगफली बेचे कोई कुछ बेचे बिचे कंडक्टर कहे चल बे चल टिब्बा थंबण आला कान्ने के भैड़ी जसा तनौला आ जाओ मिनी बस दे विच चढ़ गया जद घरे गया बस दे विच बैठे एक पाड़ा मुंडा उठ के खड़ गया बापू जी बह जाओ तुसीं इहदा रहे मल्ला उदारे पुत्तरे संता बह गया पिंड की फिर नहीं उठा घर नहीं गया मोटर वाल चले खेतों लोग कम करते जरनैल से करनैल करनैल कणक बीजता सी जरनैल होर कम धंधे लगे बापू देख के बापू देख तो लिया पर दोनों ने ना बुलाया दोनों ने सोचा बापू इधरों किधरों आया खेत जा आ वड़िया मुड़ जूगा कणक बीजी देख आया मोटर के कोठे अंदर पानी का तौड़ा पै संते ने पानी का गिलास पीता नींबू की छां च बह गया थले अपने तेल वाली चादर अद्धी विछा ली
ਤੇ ਦਿਨਸ਼ਿਪ ਨੂੰ ਤਿਆਰ ਸੀ ਮੁੰਡੇ ਆ ਗਏ ਚਲ ਬਾਪੂ ਤੁਰ ਫਿਰ ਚੱਲੀਏ ਚਲੋ ਆਉਣਾ ਵਾ ਮੈਂ ਚਲੋ ਤੁਸੀਂ ਚਲੋ ਚਲੋ ਦੋਨੇ ਜਦ ਚਲੇ ਗਏ ਸੰਤ ਨੇ ਉੱਠਿਆ ਮੋਟਰ ਦੇ ਵਿੱਚ ਜਾ ਕੇ ਦਾਤੀ ਚੱਕ ਲਈ ਦਾਤੀ ਵਿੱਚੋਂ ਤੋਂ ਨਾਲ ਡੱਬੀ ਖੋਲ ਡੱਬੀ ਖੋਲਦਿਆਂ ਚਿਰ ਲੱਗ ਗਿਆ ਨਾਲ ਜਿਵੇਂ ਉਹਨੂੰ ਕੋਈ ਘੁੱਕੀ ਚੜ੍ਹਦੀ ਸੀ ਡੱਬੀ ਵੱਲ ਦੇਖਿਆ ਡੱਬੀ ਵੱਲ ਚੱਕਿਆ ਦਿਮਾਗ ਪੈਰਾਂ ਭਰ ਬੈਠਾ ਮੂਹਰੇ ਤੌੜਾ ਪਾਣੀ ਦਾ ਪਿਆ ਉਹੀ ਦਿਮਾਗ ਚ ਫੇਰ ਆ ਗਈ ਮੈਂ ਤਾਂ ਲਿਜਾਊ ਬੰਨ ਕੇ ਮੈਂ ਬੰਨ ਕੇ ਲਿਜਾਊ ਬੰਨ ਕੇ ਤਿੰਨ ਕਿਸ਼ਤਾਂ ਨੇ ਮੈਂ ਤਾਂ ਥੱਲੇ ਦੀ ਕੱਢ ਦੂ ਧੂ ਇਹ ਕਿਵੇਂ ਲੈ ਜੂ ਮੈਨੂੰ ਬੰਨ ਕੇ ਪਿੰਡ ਦੇ ਵਿੱਚੋਂ ਸ਼ਰੀਕੇ ਦੇ ਸਾਹਮਣੇ ਚਿੱਟੇ ਦਾੜੀਏ ਵਾਲੇ ਨੇ ਚਿੱਟੌਲੀ ਦਾੜੀ ਵਾਲਿਆਂ ਨੇ ਗੋਡੀ ਹੱਥ ਲਾਏ ਸ਼ਰਮ ਤਾਂ ਨੀ ਆਈ ਨੌਰ ਚੰਦ ਉਹ ਵੀ ਦੇਖ ਗਿਆ ਦਰਾਂ ਬੁਰੇ ਮੈਂ ਆਪਣਾ ਰੋਕੜਾ ਲੈ ਕੇ ਜਾਣਾ ਹੈ ਅੰਦਰ ਵਰਤੀ ਸਰਦਿਆਲੋ ਨੇ ਜਿਵੇਂ ਮਲਮਲ ਦੀ ਚੁੰਨੀ ਉਹ ਗੋਲੀਆਂ ਜੀਭ ਤੇ ਰੱਖ ਕੇ ਗਲਾਸ ਭਰ ਕੇ ਸੰਦੇ ਨੇ ਅੰਦਰ ਮਾਰ ਦਿਆਲੋ ਨੇ ਕਈ ਰਾਤ ਬਾਰ ਮੁੰਡਿਆਂ ਨੂੰ ਉਠਾਇਆ ਬੇ ਪਤਾ ਲਿਓ ਆਪਣੇ ਪਿਓ ਦਾ ਕਿੱਥੇ ਬੈਠਾ ਹੁਣ ਤੇ ਇੰਨਾ ਹਨੇਰਾ ਦਾ ਕਦੇ ਨੀ ਕੀਤਾ ਸਾਰੇ ਦੇ ਕੰਮ ਦੇ ਥੱਕੇ ਮੁੰਡੇ 10 ਵਜੇ ਜਦ ਲੈ ਕੇ ਬੈਟਰੀ ਮੋਟਰ ਤੇ ਆਏ ਦੋਵੇਂ ਮੁੰਡੇ ਤਾਂ ਦੇਖਿਆ ਬਾਪੂ ਉਵੇਂ ਤਾਂ ਉਵੇਂ ਨਿੰਬੂ ਥੱਲੇ ਚਾਦਰ ਤੇ ਪਿਆ ਉਹਨੇ ਦੇਖਿਆ ਬਾਪੂ ਥੱਲੇ ਅੱਧੀ ਚਾਦਰ ਹੈ ਅੱਧੀ ਚਾਦਰ ਚ ਬਾਟੀ ਪੱਟ ਪਏ ਨੇ ਤੇ ਬਾਪੂ ਜਮਾ ਹੀ ਬੇਸ ਹੋ ਸਕਦਾ ਬਾਪੂ 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 ਨੀ ਬੋਲਿਆ ਬਾਪੂ ਉੱਠਦਾ ਕਿਉਂ ਨੀ ਜਰਨੈਲ ਨੇ ਕਿਹਾ ਜਰਨੈਲ ਗੱਲਾਂ ਕਰਦਾ ਹੀ ਕਰਨੈਲ ਅੰਦਰ ਜਾ ਕੇ ਦੇਖਿਆ ਤੌੜੇ ਦੇ ਕੋਲ ਪਾਣੀ ਦਾ ਗਲਾਸ ਅੱਧਾ ਭਰਿਆ ਪਤੀ ਸੁਲਫਾਸ ਦੀ ਖੁੱਲੀ ਡੱਬੀ ਪਈ ਸੀ ਜਰਨੈਲ ਨੇ ਅੰਦਰੋਂ ਲੇਰ ਮਾਰੀ ਉਹ ਪੱਟੇ ਗਏ ਕਰਨੈਲ ਆਪਾਂ ਤਾਂ ਦੇਖੋ ਸੁਲਫਾਸ ਹੋਏ ਦੇਖੋ ਬਾਪੂ ਨੇ ਕੋਈ ਖਾ ਲਿਆ ਦੋਨੇ ਭੱਜ ਕੇ ਗਏ ਦੋਨੇ ਮੋਢਿਆਂ ਨੂੰ ਹਿਲਾਉਣ ਲੱਗੇ ਬਾਪੂ ਉੱਥੇ ਨਹੀਂ ਸੀ ਧਰਤੀ ਦਾ ਦਰਵੇਸ਼ ਧਰਤੀ ਦੇ ਵਿੱਚ ਸਮਾ ਗਿਆ ਸੀ ਨਾ ਪੁੱਤਾਂ ਨੂੰ ਪਤਾ ਇਹ ਹੋਇਆ ਕੀ ਹੈ ਇਹ ਖਾਧੀ ਕਿਉਂ ਹੈ ਜਾਨੂੰ ਪਿੰਡ ਇਕੱਠਾ ਹੋ ਕੇ ਮੰਜੇ ਤੇ ਪਾਈ ਅੱਧੀ ਰਾਤ ਰੌਲਾ ਪਵੇ ਜਾਂਦਾ ਸੀ ਦਿਆਲੋ ਨੇ ਦੂਰੋਂ ਦੇਖ ਕੇ ਕਿਹਾ ਜਾ ਵੇ ਦਰਵੇਸ਼ਾ ਤੈਂ ਤਾਂ ਮਾੜੀ ਸਾਹਿਬ ਪ੍ਰਭ ਜਸਪਾਲ ਸਿੰਘ ਜੀ ਲਾਈਨ ਨੰਬਰ 2 ਬੜੇ ਸਿਆਣੇ ਆਉਣੇ ਉਹਨੇ ਕਹਿਣਾ ਆ ਕਿਉਂ ਕਰਜ਼ਾ ਲਿਆ ਕੀ ਲੋੜ ਹੈ ਏਡਾ ਵਿਆਹ ਕਰਨ ਦੀ ਕੀ ਟਰੈਕਟਰ ਖਰੀਦ ਕੇ ਵੇਚਣ ਲਈ ਹੁਣ ਆਪਣੇ ਪੁੱਤ ਦਾ ਕਿਉਂ ਮੰਨਿਆ ਪਰ ਜਿਹੜਾ ਇੱਕ ਹੋਵੇ ਤਾਂ ਇਹੋ ਗੱਲਾਂ ਕੀਤੀਆਂ ਜਾ ਸਕਦੀਆਂ ਉੱਥੇ ਤਾਂ ਸਾਰੇ ਘਰ ਘਰ ਵਰਤਾਰਾ ਆਏ ਹੋਈ ਆ ਉੱਥੇ ਜਿਹੜਾ ਆ ਇਸ ਸਮੱਸਿਆ ਨੂੰ ਜੇ ਕੋਈ ਨਹੀਂ ਹੈਂਡਲ ਕਰਦੀ ਸਰਕਾਰ ਤਾਂ ਹੁਣ ਇਸ ਵੇਲੇ ਕਸੂਰ ਸਰਕਾਰ ਦਾ ਹੋ ਗਿਆ ਜਦੋਂ ਇਹ ਸਮੱਸਿਆ ਸ਼ੁਰੂ ਹੋਈ ਆ ਉਸ ਵੇਲੇ ਜੇ ਸਰਕਾਰਾਂ ਸਹੀ ਫੈਸਲੇ ਲੈਂਦੀਆਂ ਤਾਂ ਸਭ ਕੁਛ ਸੁਧਰ ਸਕਦਾ ਸੀ ਹੁਣ ਵੀ ਕੁਛ ਨੀ ਵਿਗੜਿਆ ਇੱਥੇ ਆ ਪੈਂਡੈਮਿਕ ਹੋਈ ਆ ਕੈਨੇਡਾ ਦੀ ਗੌਰਮੈਂਟ ਨੇ ਪਤਾ ਵੀ ਉਹ ਸਾਡੇ ਪੈਸੇ ਆ ਲੋਕਾਂ ਦੀਆਂ ਮੁਸੀਬਤਾਂ ਨੂੰ ਸਮਝਦੇ ਆ ਘਰ ਘਰ ਪੈਸੇ ਦੇ ਤੇ ਇਹ ਵੀ ਇੱਕ ਤਰ੍ਹਾਂ ਜਿੱਦਾਂ ਉੱਥੇ ਲੋਕਾਂ ਸਿਰ ਕਰਜ਼ਾ ਕਰਜ਼ੇ ਤੇ ਜੇ ਉਹ ਲੀਕ ਫੇਰ ਦੇਣ ਇੱਕ ਵਾਰੀ ਸਰਕਾਰ ਆਪਣੇ ਸਿਰ ਕਰਜ਼ਾ ਲੈ ਲਵੇ ਪੜ ਕੇ ਉਹ ਪੰਜਾਬ ਉਹ ਸੋਨੇ ਦੀ ਚਿੜੀ ਫੇਰ ਬਣ ਸਕਦਾ ਆ ਕਮੀ ਸਰਕਾਰਾਂ ਵੱਲੋਂ ਹੈਗੀ ਆ ਲੋਕ ਬਿਲਕੁਲ ਆ ਠੀਕ ਆ ਗਲਤੀਆਂ ਹੋਈਆਂ ਪਰ ਉਹਦੇ ਪਿੱਛੇ ਮਜਬੂਰੀਆਂ ਕੀ ਆ ਉਸ ਗੱਲ ਨੂੰ ਸਮਝ ਕੇ ਗਾਹਾਂ ਅੱਗੇ ਬਚ ਕੇ ਚੱਲਣ ਦੀ ਲੋੜ ਆ ਜੇ ਸਰਕਾਰਾਂ ਨਹੀਂ ਜ਼ਿੰਮੇਵਾਰੀ ਸਮਝਦੀਆਂ ਤਾਂ ਇਹ ਹਾਲਾਤ ਰਹਿਣੇ ਆ ਇਹ ਕਹਾਣੀਆਂ ਹੋਰ ਬਣਦੀਆਂ ਰਹਿਣੀਆਂ ਧੰਨਵਾਦ ਆ ਤੁਸੀਂ ਜਿਹੜਾ ਉੱਥੇ ਦੇ ਦੁਕਾਨ ਨੂੰ ਚਿੱਤ ਲਿਆ ਹੈਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਿਲਕੁਲ ਤੁਸੀਂ ਅਸਲ ਵੇਖਿਓ ਕਹਾਣੀ ਵਿੱਚ 6 ਕਿੱਲੇ ਦਾ ਮਾਲਕ ਹੈ ਕਬੀਲਦਾਰੀ ਹੈ ਇੱਕ ਭਾਈ ਪੜਾਇਆ ਤੇ ਉਹ ਜਾ ਕੇ ਕੋਠੀ ਪਾ ਕੇ ਸ਼ਹਿਰ ਚ ਬਹਿ ਗਿਆ ਉਹ ਪਿੱਛੇ ਨੂੰ ਨੀ ਮੁੜਦਾ ਪੁੱਤ ਨੇ 2 ਜਿਹੜੇ ਮਿੱਟੀ ਨਾਲ ਮਿੱਟੀ ਹੁੰਦੇ ਆ ਉਹਦੇ ਚੋਂ ਇੱਕ ਪੁੱਤ ਨੇ ਸਹੁਰੀ ਜਾਣਾ ਵਿਆਹ ਤੇ ਹੁਣ ਉਹਨੇ ਸਹੁਰੀ ਜਾਣਾ ਕਿ ਕੋਈ ਉਹਨੇ ਕੁਛ ਨੀ ਕਰਨਾ ਤੇ ਉਹਦੇ ਲਈ ਉਹ ਥੋੜਾ ਬਹੁਤਾ 5-4 ਹਜ਼ਾਰ ਰੁਪਈਏ ਕਹਿੰਦਾ 5-4 ਹਜ਼ਾਰ ਹੈ ਨੀ ਤੇ ਪਹਿਲਾਂ 2 ਲੱਖ ਇਕੱਠਾ ਹੋਇਆ ਪਿਆ ਮਤਲਬ ਗੱਲ ਇਹ ਆ ਵੀ ਰਿਸੋਰਸ ਹੈ ਨਹੀਂ ਖਰਚੇ ਟੱਬਰੀ ਹੈ ਖਰਚੇ ਵੱਧ ਗਏ ਉੱਥੋਂ ਲਾਲਾ ਲਿਖਾ ਲੈਂਦਾ 2.5 ਲੱਖ
ਪਹਿਲਾਂ ਹੀ ਹੈ ਤੇ ਘਰ ਚ ਕੁਛ ਨੀ ਪਤਾ, ਥੱਲੇ ਘਰ ਵਾਲੀ ਨਾਲ ਗੱਲ ਕਰਦਾ, ਨਹੀਂ ਕਰਦੇ ਸੀ ਪੰਜਾਬ ਦੇ ਪਿੰਡਾਂ ਦੇ ਵਿੱਚ ਘਰ ਦੇ ਦੁੱਖ ਤਕਲੀਫ਼ ਉੱਥੇ ਜਵਾਕਾਂ ਨਾਲ ਸਾਂਝੀ ਨੀ ਕਰਦੇ, ਇੱਥੇ ਨੀ ਕਰਦੇ ਆਪਾਂ, ਜਿੱਡਾ ਮਰਜ਼ੀ ਕਰਜ਼ਾ ਹੋਵੇ ਨਹੀਂ ਜਵਾਕਾਂ ਨੂੰ ਦੱਸਦੇ ਆਪਾਂ। ਇਹ ਇਵੈਂਚੁਅਲੀ ਜਦੋਂ ਸਕੀਮਾਂ ਸਰਕਾਰ ਨੇ ਦੇ ਦਿਆ, ਟਰੈਕਟਰ ਲੈ ਲਓ, ਟਰੈਕਟਰ ਲੈ ਲਿਆ, ਟਰੈਕਟਰ ਦੇ ਵਿੱਚੋਂ 40,000 ਤਾਂ ਪਹਿਲੇ ਦਿਨ ਖੁਰ ਗਿਆ, 2 ਲੱਖ 2.5 ਲੱਖ ਤੋਂ 2 ਲੱਖ 10 ਦਾ ਵਿਕਿਆ, 40 ਲੈ ਗਏ ਤਹਿਸੀਲਦਾਰ ਤੇ ਨੰਬਰਾਂ ਵਾਲੇ ਤੇ ਬੈਂਕ ਦੇ ਮੈਨੇਜਰ, ਵਿੱਚੇ ਲਾ ਲਾ 5-7 ਹਜ਼ਾਰ ਲੈ ਗਿਆ, 80,000 ਘੱਟ ਗਿਆ, 1,60,000 ਰਹਿ ਗਿਆ। 1,60,000 ਦੇ ਵਿੱਚੋਂ ਲਾ ਲੈਣੇ ਹੋਰ ਮਾਰ ਲਈ ਖੁੰਡੀ, ਕਿਉਂਕਿ ਉਹਦੇ ਉਹ ਆਪਣਾ ਚਾਹੁੰਦਾ ਵੀ ਮੈਨੂੰ ਪੈਸੇ ਮੇਰੇ ਮੁੜਨ, ਲੱਖ ਉਹ ਲੈ ਗਿਆ, 60 ਰਹਿ ਗਿਆ, 60 ਦੇ ਵਿੱਚ ਧੀ ਤੋਰਤੀ। ਪਰ ਜਦ ਅਗਲੇ ਸਾਲ ਕਿਸ਼ਤ ਮੋੜਨੀ ਸੀ ਮੱਝ ਮਰ ਗਈ, ਉਦੋਂ ਅਗਲੇ ਸਾਲ ਕਿਸ਼ਤ ਮੋੜਨੀ ਸੀ ਕੁੜੀ ਦੇ ਮੁੰਡਾ ਹੋ ਗਿਆ, ਇੱਕ ਵਾਰ ਕਿਸ਼ਤ ਮੋੜਨੀ ਸੀ ਨਾਲ ਨੂੰਹ ਆ ਜਿਹੜੀ ਉਹਦੇ ਰਸੌਲੀ ਹੋ ਗਈ, 6 ਕਿੱਲੇ ਦੇ ਵਿੱਚੋਂ 5 ਕਿੱਲੇ ਦੀ ਆਮਦਨ ਆ, 1 ਕਿੱਲਾ ਤਾਂ ਪਹਿਲਾਂ ਹੀ ਜਾ ਗਹਿਣੇ ਆ। ਤੇ ਇਉਂ ਗੱਲ ਇਹ 80% ਆਹ ਕਾਰਨ ਆ, ਜਿਹੜੀ ਮੈਂ ਕੱਲ ਵੀ ਕਿਰਨ ਕੌਰ ਦੀ ਗੱਲ CBC ਤੇ ਸੁਣਾਈ ਸੀ ਤਾਂ CBC ਦੀ, ਇਹ ਆਹ ਅਸਲ ਕਹਾਣੀ ਆ, ਹੋਰ ਕੋਈ ਨੀ। ਲਗਜ਼ਰੀ ਉੱਥੇ ਬਈ ਕੁਫਰੀ ਤੇ ਮਨੀ ਕਰਨ ਨਹਾਉਣ ਗਏ ਹੋਏ ਨੇ, ਕੋਈ ਨੀ ਉੱਥੇ, ਕੁਛ ਨੀ ਹੋਇਆ, ਆਹ ਕੁਛ ਹੋਇਆ। ਜ਼ਮੀਨ ਐਵਰੇਜ ਇੰਨੀ ਹੋਈ ਆ, 5-5, 7-7 ਕਿੱਲੇ, 5-7 ਤਾਂ ਬਹੁਤ ਆ, ਇੰਨੀ ਵੀ ਹੈ। ਇਸੀ ਕਹਾਣੀ 2 ਬੋਲ ਕਵਰ ਕਰਿਆ ਤੇ, ਰੱਬ ਰੱਖਾ।